ਮਿੱਤਰ ਸਨ ਮੀਤ ਦਾ ਨੋਵਲ ਕਾਫਲਾ ਦਾ 35ਵਾਂ ਦਿਨ ਪੂਰੀ ਤਰ੍ਹਾਂ ਢਲ ਗਿਆ ਸੀ ਜਦੋਂ ਜੈਲਾ ਆਪਣੇ ਸਮਾਨ ਵਾਲੀ ਗੱਟੜੀ ਚੁੱਕੀ ਬਸਉਂਦ ਰਿਹਾ ਚੁਫੇਰੇ ਹੁਣੇ-ਹੁਣੇ ਹੋ ਕੇ ਹੱਟੀ ਬਾਰਿਸ਼ ਕਰਨ ਮਹਿਕ ਰਹੀ ਸੀ ਜੈਲਾ ਬਾਰ-ਬਾਰ ਆਲੇ-ਦੁਆਲੇ ਤੱਕ ਰਿਹਾ ਸੀ ਕਿ ਐ ਕੋਈ ਮਿਲ ਜਾਵੇ ਪਰ ਚਾਰੇ ਪਾਸੇ ਖਾਮੋਸ਼ੀ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਉਗਠੜੀ ਮੋਢੇ ਤੇ ਲਟਕਾ ਡੰਡੀ-ਡੰਡੀ ਪਿੰਡ ਵੱਲ ਤੁਰ ਪਿਆ ਇੱਕ ਤਾਂ ਭੁੱਖ ਨਾਲ ਸਤੇ ਹੋਣ ਕਰਕੇ ਦੂਜੇ 2 ਮਹੀਨਿਆਂ ਤੋਂ ਘਰੋਂ ਵਿਛੜੇ ਹੋਣ ਕਰਕੇ ਉਹਦੇ ਕਦਮ ਪਿੰਡ ਵੱਲ ਦੌੜਦੇ ਜਾ ਰਹੇ ਸੀ ਹਵਾ ਦੇ ਬੁੱਲੇ ਉਹਦੇ ਕੱਪੜਿਆਂ ਨਾਲ ਖੇਡਦੀ ਗਾਂ ਲੰਘ ਜਾਂਦੇ ਬਿਜਲੀ ਚਮਕਦੀ ਇਸ ਰੌਸ਼ਨੀ ਜੋ ਦੂਰ-ਦੂਰ ਜਾਇਜ਼ਾ ਲਹਿ ਲੰਦਾ ਪਿੰਡੋਂ ਗਏ ਜੇਲੇ ਨੂੰ ਸਾਰੇ 2 ਮਹੀਨੇ ਹੋਏ ਸੀ ਫਿਰ ਵੀ ਐਂ ਲੱਗਦਾ ਸੀ ਜਿਵੇਂ ਯੁੱਗ ਬੀਤ ਗਏ ਹੋਣ 500 ਕਰਤਾਰੋ ਤੇ ਯਾਰਾਂ ਦੋਸਤਾਂ ਦੀ ਯਾਦ ਉਹਨੂੰ ਤੜਪਾ ਰਹੀ ਸੀ ਲੋਕ ਪਤਾ ਨਹੀਂ ਉਹਦੇ ਬਾਰੇ ਕੀ ਕੀ ਸੋਚਦੇ ਹੋਣਗੇ ਉਹ ਸੋਚਦਾ ਜਾ ਰਿਹਾ ਸੀ ਬਿਜਲੀ ਇੱਕ ਵਾਰੀ ਫੇਰ ਚਮਕੀ ਉਹਨੂੰ ਲੱਗਿਆ ਜਿਵੇਂ ਕੋਈ ਚਾਦਰੇ ਦੀ ਬੁੱਕਲ ਮਾਰੀ ਤੇਜ਼ੀ ਨਾਲ ਉਹ ਦਰ ਨੂੰ ਭੱਜਿਆ ਆ ਰਿਹਾ ਹੋਵੇ ਉਹਦੇ ਕਦਮ ਸੰਭਲ ਗਏ ਖਿਆਲਾਂ ਨੂੰ ਸਮੇਟਦਾ ਉਹ ਪਰਛਾਵੇਂ ਵੱਲ ਉਤਸੁਕਤਾ ਨਾਲ ਵਧਣ ਲੱਗਿਆ ਕਿਹੜੇ ਬਈ ਬੱਸੋਂ ਆਇਆ ਜੈਲਾ ਚੁੱਪ ਕਰਕੇ ਖੜੋ ਗਿਆ ਜੈਲਾ ਇਸ ਵੇਲੇ ਕਿਧਰੋਂ ਕੰਜਰਾ ਸੁੰਦਰ ਹੈ ਚੱਲੇ ਨਹੀਂ ਉਹਨੂੰ ਘੁੱਟ ਕੇ ਜੱਫੀ ਪਾ ਲਈ ਆਹੋ ਕਿਧਰ ਜਾਣਾ ਬਸ ਦੇਖਣ ਜਾਣਾ ਸੀ ਲੇਟ ਹੋ ਗਿਆ ਆਪਣੀ ਚੌਧਰੀ ਦੀ ਧੀ ਰਹਿਣਾ ਸੀ ਬਸ ਤਾਂ ਕਦੋਂ ਦੀ ਆ ਗਈ ਆ ਫਿਰ ਚੱਲੀਏ ਹੋਰ ਨਹੀਂ ਆਉਂਦੀ ਕੋਈ ਬਸ ਆਖਰੀ ਸੀ ਨਹੀਂ ਆਈ ਹੋਣੀ ਅੱਜ ਆਹੋ ਦੇਖੀਂ ਕਿਤੇ ਕੋਈ ਹੋਰ ਨਾ ਆਉਣੀ ਹੋਵੇ ਮੈਂ ਕਿਤੇ ਝੂਠ ਮਾਰਦਾ ਆ ਕੋਈ ਪਿੰਡ ਦੀ ਗੱਲ ਸੁਣਾ ਤੇ ਗੱਲਾਂ ਮਾਰਦੇ ਉਹ ਪਿੰਡ ਵੱਲ ਮੁੜ ਪਏ ਕਿਧਰ ਕਿਧਰ ਰਿਹਾ ਓਏ ਇੰਨੇ ਚਿਰ ਮਾਂ ਤੇਰੀ ਘਰ ਘਰ ਹੁੰਦੀ ਫਿਰੇ ਤੇ ਇਹ ਤੂੰ ਮਾੜਾ ਕੀਤਾ ਤੂੰ ਸਿਆਣਾ ਐ ਸੁੰਦਰਾ ਇੱਥੇ ਕੱਖ ਨਹੀਂ ਸੀ ਬਣਦਾ ਜਿੰਨੀ ਮਰਜੀ ਚਮੜੀ ਲੁਹਾਈ ਜਾਓ ਭੁੱਖੇ ਦੇ ਭੁੱਖੇ ਤੂੰ ਦੇਖ ਲੈ ਹੁਣ ਕੁੜੀ ਘਰੇ ਕੋਠੇਰਗੀ ਹੋਈ ਪਈ ਐ ਉਹਦਾ ਵਿਆਹ ਵੀ ਕਰਨਾ ਤੇ ਮੇਰੀ ਭਾਮ ਮੇਰੇ ਮਾਪੇ ਕੰਮ ਕਰਨ ਜੋਗੀ ਹੈਗੀ ਫਿਰ ਵੀ ਸਾਡਾ ਕੀ ਫਾਇਦਾ ਆ ਜੇ ਹੁਣ ਉਹ ਆਰਾਮ ਨਹੀਂ ਕਰੂ ਮੈਂ ਸੋਚਿਆ ਚੱਲ ਕੇ ਤੇ ਸ਼ਹਿਰ ਜਾ ਕੇ ਮਜ਼ਦੂਰੀ ਕਰ ਲਈਏ ਕੀ ਐ 2-4 6 ਲੜ ਜੁੜ ਜਾਣ ਪਰ ਘਰੇ ਤਾਂ ਦੱਸ ਜਾਣਾ ਸੀ ਇੰਨੀ ਲਾਪਰਵਾਹੀ ਵੀ ਕੀ ਆਖੇ ਬਸ ਉੱਥੇ ਜਾਈ ਇੱਕ ਕਾਰਖਾਨੇ ਚ ਫਸਿਆ ਹੁਣ ਛੁੱਟਿਆ ਕੋਈ ਮਿਲ ਗਿਆ ਕੰਮ ਉੱਥੇ ਸਾਥੀ ਆ ਇਦੋਂ ਵੀ ਲੋਟਾ ਹੁਣ ਤਾਂ ਸ਼ਹਿਰੋਂ ਵੀ ਮੂੰਹ ਮੜ ਗਿਆ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਹੁਣ ਤਾਂ ਇੱਥੇ ਹੀ ਦਿਨ ਕੱਟਾਂਗੇ ਪਰ ਸਿੱਖਿਆ ਉੱਥੋਂ ਭਲਾ ਕੁਝ ਆਏ ਜੇ ਕਿਤੇ ਉਹ ਇੱਕੇ ਨਾਲ ਨਾ ਰਹਿਣ ਮਾਲਕਾਂ ਤੋਂ ਨੂੰ ਛਿੱਲ ਲਾ ਦੇਣ ਅਸੀਂ ਹੁਣ ਇਕੱਠੇ ਹੋਵਾਂਗੇ ਚੱਲ ਛੱਡ ਇਹਨਾਂ ਨੂੰ ਹੋਰ ਸੁਣਾ ਪਿੰਡ ਸੁਖਸਾਂਦ ਹੈ ਬੰਸੋ ਮਾਂ ਕਾਦੀ ਸੁਖ ਹੈ ਤੇਰੀ ਮਾਂ ਨੇ ਠੀਕ ਨਹੀਂ ਕੀਤਾ ਸਾਰਾ ਪਿੰਡ ਤਰਾ ਤਰਾ ਕਰਦਾ ਮਾਂ ਦੀ ਗੱਲ ਸੁਣ ਕੇ ਜੈਲਾ ਇਕਦਮ ਡਰ ਗਿਆ ਕਾਫੀ ਦੇਰ ਉਹ ਖਾਮੋਸ਼ ਰਿਹਾ ਕਿਸੇ ਵਿੱਚ ਵੀ ਗੱਲ ਅੱਗੇ ਤੋਰਨ ਦੀ ਹਿੰਮਤ ਨਹੀਂ ਸੀ ਰਈ ਬੇਬੇ ਦੀ ਤੂੰ ਉਹ ਤੈਨੂੰ ਤਾਂ ਪਰਦੇਸੀ ਗਏ ਨੂੰ ਕੀ ਪਤਾ ਹੋਣਾ ਆ ਹੋ ਗਏ ਕੋਈ 5-6 ਦਿਨ ਤੇਰੀ ਮਾਂ ਨੇ ਕੁੜੀ ਪਤਾ ਨਹੀਂ ਕਿਹਦੇ ਨਾਲ ਤੋਰਦੀ ਉਹੀ ਪਤਾ ਲੱਗਿਆ ਜਦੋਂ ਪੰਜ ਛੇ ਮੁੰਡੇ ਆਏ ਕੁੜੀ ਨੂੰ ਲੈ ਗਏ ਨਾ ਕੋਈ ਆਨੰਦ ਕਾਰਜ ਨਾ ਬਰਾਤ ਸ਼ਰਾਤ ਲੋਕ ਦਾਗਦੇ ਨੇ ਮੁੰਡਾ ਵੀ ਕਿਸੇ ਹੋਰ ਜਾਤ ਦਾ ਜੈ ਲੱਦ ਵੀ ਹੋਸ਼ੀ ਦੀ ਹਾਲਤ ਚ ਸੁਣਦਾ ਰਿਹਾ। ਉਹਦੀ ਸੋਚਣ ਸ਼ਕਤੀ ਖਤਮ ਹੁੰਦੀ ਜਾ ਰਹੀ ਸੀ। ਸਰੀਰ ਪਸੀਨ ਉਪਸੀ ਨਹੀਂ ਹੋ ਗਿਆ। ਉਹਨੂੰ ਯਕੀਨ ਨਹੀਂ ਸੀ ਆ ਰਿਹਾ। ਚਲ ਇਹ ਤਾਂ ਹੋਈ। ਉਹਨੇ ਤਾਂ ਭਾਈ ਜਮਾਈ ਸ਼ਰਮ ਲਾਤੀ। ਇਉਂ ਹੀ ਪਤਾ ਲੱਗਿਆ ਜਦੋਂ ਖੁੱਲਮ ਖੁੱਲੇ ਸਰਦਾਰ ਦੇ ਜ ਆ ਬੈਠੀ। ਉਹਨੇ ਬੁੜੇ ਵੇਲੇ ਸ਼ਰਮ ਨਾ ਕੀਤੀ। ਚੈਲਾ ਸੁੱਨ ਨਾ ਹੁੰਦਾ ਹੋਇਆ ਤੁਰਦਾ ਰਿਹਾ। ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਹੁਣ ਕਿੱਧਰ ਜਾਵਾਂ? ਉਹ ਸੋਚਣ ਲੱਗਿਆ ਪਿੰਡ ਸਾਹਮਣੇ ਆ ਗਿਆ ਸੀ। ਉਹਦਾ ਪਿੰਡ ਵੱਲ ਜਾਣ ਦਾ ਉਤਸ਼ਾਹ ਨਫ਼ਰਤ 'ਚ ਵਟ ਗਿਆ। ਪਿੰਡ ਚ ਕੀ ਮੂੰਹ ਦਿਖਾਏਗਾ? ਉਹਦੇ ਕਾਮਰੇਡ, ਦੋਸਤ ਉਹਨੂੰ 50-50 ਸੁਣਾਣਗੇ ਤੇ ਕਈ ਵਾਰ ਉਹਦੇ ਕਦਮ ਵਾਪਸ ਸ਼ਹਿਰ ਵੱਲ ਮੁੜੇ। ਆਪਣੀ ਮਾਂ, ਬੰਸੂ ਤੇ ਸਰਦਾਰ ਦਾ ਸਭ ਮਲਿਆ ਮੀਟ ਕਰਨ ਦੀ ਸੋਚ ਰਿਆ ਸੀ। ਕਿਸ ਕਿਸ ਦਾ ਗਲ ਘੁੱਟੇ? ਉਹਨੂੰ ਸਮਝ ਨਹੀਂ ਸੀ ਆ ਰਹੀ। ਧੀਰਜ ਬਣ ਕੇ ਇਹਨਾਂ ਤੋਂ ਕੰਮ ਲਿਆ ਜਾ ਸਕਦਾ ਹੈ ਸੋਚਦਾ ਉਹ ਸੁੰਦਰ ਦੇ ਨਾਲ-ਨਾਲ ਤੁਰਦਾ ਰਿਹਾ। ਚੌਧਰੀ ਅੱਗੋਂ ਹੀ ਉਹ ਮਿਲੇ ਜਿਵੇਂ ਰੱਬ ਮਿਲਿਆ ਹੋਵੇ। ਉਹਨੂੰ ਅੰਦਰਲੇ ਕਮਰੇ 'ਚ ਲੈ ਗਏ। ਕੁਰਸੀ 'ਤੇ ਬਿਠਾ ਕੇ ਚੀਨੀ ਦੇ ਬਰਤਨਾਂ 'ਚ ਖਾਣਾ ਪਰੋਸਿਆ ਗਿਆ। ਜੈਲੇ ਦੀ ਭੁੱਖ ਕਿਧਰੇ ਉੱਡ ਗਈ ਸੀ ਭਰੀਆਂ ਭਰਾਈਆਂ ਪਲੇਟਾਂ ਉਹਨੇ ਪਰਾਂ ਤੱਕਦੀਆਂ। ਢੇਰ ਸਮਾਂ ਚੌਧਰੀ ਉਹ ਤੋਂ ਗੱਲਾਂ ਪੁੱਛਦਾ ਰਿਹਾ ਉਹਦੇ ਘਰੋਂ ਭੱਜਣ ਬਾਰੇ, ਸ਼ਹਿਰ ਰਹਿਣ ਬਾਰੇ, ਨੌਕਰੀ ਚੱਕਰੀ ਬਾਰੇ। ਜੈਲਾ ਸਭ ਤੋਂ ਵੱਧ ਇਸ ਗੱਲ ਤੇ ਹੈਰਾਨ ਸੀ ਕਿ ਉਹਦੇ ਸਾਥੀਆਂ ਨੇ ਉਹਨੂੰ ਧੋਖੇ 'ਚ ਕਿਉਂ ਰੱਖਿਆ। ਹਰ ਵਾਰ ਜੈਲੇ ਨੂੰ ਪਿੰਡ ਜਾਣੋਂ ਰੋਕਦੇ ਤੇ ਆਖਦੇ ਉਹਦਾ ਨਾਂ ਖੂਨ ਨਾਲ ਜੁੜਿਆ ਹੋਇਆ ਸੀ। ਤੂੰ ਆਪ ਖੁਦ ਪਿੰਡ ਚੱਕਰ ਮਾਰਦੇ ਸੀ ਤੇ ਕਦੇ ਉਹਨਾਂ ਕਰਤਾਰੂ ਦੀ ਗੱਲ ਉਸੇ ਨੂੰ ਕਿਉਂ ਨਾ ਕੀਤੀ ਅੱਧੀ ਰਾਤ ਤੱਕ ਉਹ ਗੱਲਾਂ ਕਰਦੇ ਰਹੇ ਜੈਲੇ ਦੇ ਪਿਓ ਦੀਆਂ ਉਹਦੇ ਕੰਮ ਦੀਆਂ ਸਰਦਾਰ ਦੀਆਂ ਹਰਾਮਜ਼ਾਦਗੀ ਦੀਆਂ ਫਿਰ ਉਹਨੂੰ ਅਮਲੀ ਬਣਾਉਣ ਤੋਂ ਲੈ ਕੇ ਕਰਤਾਰੂ ਨੂੰ ਘਰ ਬਸਾਉਣ ਤੱਕ ਦੀਆਂ ਕੁੜੀ ਦਾ ਵਿਆਹ ਕਰਨ ਚ ਤਾਂ ਤੇਰੀ ਮਾਂ ਨੇ ਸਿਆਣਪ ਕੀਤੀ ਸਰਦਾਰਾਂ ਦਾ ਜਿਹੜਾ ਛੀਟੂ ਛਾਟੂ ਵੱਜਦੇ ਇਹਨੇ ਬੰਸੂ ਨੂੰ ਕਈ ਵਾਰ ਤੰਗ ਕੀਤਾ ਸੀ ਜਿਹੋ ਜਾਂ ਮਿਲਿਆ ਉਹਨੇ ਮੁੰਡਾ ਦੇਖ ਕੇ ਉਹਨਾਂ ਪਰਾਂ ਘਰਤਾ ਫਿਰ ਪਤਾ ਨਹੀਂ ਕਿੱਧਰ ਭੱਗ ਗਿਆ ਇਹ ਵੀ ਸੁਣਿਆ ਵੀ ਮੁੰਡਾ ਜੱਟਾਂ ਦਾ ਤੇ ਨਾਲੇ ਆ ਜਿਹੜੇ ਨਵੇਂ ਡਾਕੂ ਉੱਠੇ ਨੇ ਉਹਨਾਂ ਦੀ ਪਾਰਟੀ ਦਾ ਬੰਦਾ ਹੈ ਤੇਰੀ ਬੇਬੇ ਕੋਲੇ ਤਾਂ ਪਿੱਛੇ ਜੇ ਉਹ ਵੀ ਆਉਣ ਲੱਗੇ ਸੀ ਤੇਰੀ ਮਾਂ ਨੇ ਆਪ ਚੰਗਾ ਨਹੀਂ ਕੀਤਾ ਉਹ ਤਾਂ ਸੁੰਦਰਾ ਦੱਸਦੀ ਸੀ ਕਿ ਸਰਦਾਰ ਕਰਤਾਰੋਂ ਨੂੰ ਬੜਾ ਤੰਗ ਕਰਦਾ ਸੀ ਕਰਤਾਰੋਂ ਨੂੰ ਚੁੱਕਣ ਨਹੀਂ ਫਿਰਦਾ ਸੀ ਤੈਨੂੰ ਪਤਾ ਤਾਂ ਹੈ ਉਹ ਤੇਰੀ ਮਾਂ ਦੇ ਸ਼ੁਰੂ ਤੋਂ ਹੀ ਵੈਰ ਪਿਆ ਹੋਇਆ ਹੋਰ ਕੀ ਕਰਦੀ ਗੱਲ ਤਾਂ ਸਰਦਾਰ ਦੀ ਮਾੜੀ ਹੈ ਚਲਦੀਆਂ ਚਲਦੀਆਂ ਗੱਲਾਂ ਅੱਜ ਕੱਲ ਦੀ ਗੜਬੜ ਤੇ ਆਪਣੀਆਂ ਚੌਧਰੀ ਨੇ ਨਫਰਤ ਤੇ ਜੈਲੇ ਨੇ ਹਮਦਰਦੀ ਪ੍ਰਗਟਾਈ ਕਰਨ ਵੀ ਕੀ ਵਿਚਾਰੇ ਕਿੰਨੀਆਂ ਪੀੜੀਆਂ ਤੋਂ ਕੁਚਲੇ ਆ ਰਹੇ ਨੇ ਬਿਲਕੁਲ ਠੀਕ ਹੈ ਗੱਲ 16 ਨੇ ਠੀਕ ਹੈ ਇਹ ਵੀ ਆਖਰ ਬੰਦੇ ਨੇ ਮੈਂ ਤਾਂ ਆਪੈਤ ਕੀ ਸਭ ਨੂੰ 50-50 ਵਾਧਾ ਦਿੰਦੇ ਨੇ ਸੀਤੋ ਦੀ ਕੁੜੀ ਦਾ ਵਿਆਹ ਸੀ ਦੋ ਬੂਰੀਆਂ ਕਣਕ ਦੀਆਂ ਭੇਜਦੀਆਂ ਤੇਰੀ ਮਾਂ ਦੱਸਦੀ ਹੋਈ ਦੱਸਦੀ ਕੋਈ ਗਾਣਾ ਗੱਟਾ ਪਾ ਦਿੰਦੇ ਲੈ ਹੁਣ ਤੂੰ ਆਪਣੇ ਖੇਤਾਂ 'ਚ ਹੀ ਰਹੀਂ ਸਰਦਾਰ ਤੋਂ ਤੂੰ ਬਦਲਾ ਚਲ ਸੌਂ ਜਾ ਪਰਲੇ ਕਮਰੇ 'ਚ ਆਪਣਾ ਘਰ ਸਮਝ ਲੈ ਜੈਲਾ ਉੱਠ ਕੇ ਦੂਜੇ ਕਮਰੇ 'ਚ ਚਲਾ ਗਿਆ ਮੈਂ ਸਵੇਰੇ ਸ਼ਹਿਰੀ ਮੁਰ ਜਾ ਤਾਂ ਠੀਕ ਹੈ ਇੱਥੇ ਚੌਧਰੀ ਕਿਹੜਾ ਘਟ ਹੈ ਇਹ ਤਾਂ ਸਰਦਾਰ ਦਾ ਵੀ ਬਾਪ ਹੈ ਇਹਨੇ ਕਿਹੜਾ ਘਟ ਗੁਜ਼ਾਰੀ ਹੈ ਸ਼ਹਿਰੀ ਮੁਰ ਜਾ ਤੇ ਖੁੱਲਮ ਖੁੱਲੇ ਉਹਨਾਂ ਨਾਲ ਰਲ ਜਾ ਪਰ ਇੰਜ ਸ਼ਾਇਦ ਮੇਰੇ ਮਨਸੂਬੇ ਸਿਰੇ ਨਾ ਚੜਨ ਸਰਦਾਰ ਤੇ ਇਹਦੇ ਜੀ ਜੀ ਨੂੰ ਮਾਰਨ ਦੀ ਹੈ ਮੇਰੀਆਂ ਯੋਜਨਾਵਾਂ ਕਿਤੇ ਧਰੀਆਂ ਧਰਾਈਆਂ ਨਾ ਰਹਿ ਜਾਣ ਮੈਨੂੰ ਆਪਣੇ ਦਿਲ ਦੀ ਅੱਗ ਬੁਝਾਉਣ ਲਈ ਇੱਥੇ ਹੀ ਰਹਿਣਾ ਚਾਹੀਦਾ ਹੈ ਆਪਣੀ ਅਣਖ ਇੱਕ ਪਾਸੇ ਰੱਖ ਕੇ ਇਸ 'ਚ ਫਰਕ ਵੀ ਕੀ ਪੈਂਦਾ ਨਾਲੇ ਕਦੇ ਚੌਧਰੀ ਨਾਲ ਵੀ ਸਾਰੀ ਰਾਤ ਸੋਚ ਦੇ ਜੈਲੇ ਨੂੰ ਇੱਕ ਮਿੰਟ ਨੀਂਦ ਨਹੀਂ来। ਸਵੇਰ ਦੀ ਉਡੀਕ ਚ ਬੁਰੀ ਤਰ੍ਹਾਂ ਬੇਚੈਨ ਸੀ। ਅੰਗ ਛੱਤੀ ਵਾਂ। ਸ਼ਰਮ ਦੇ ਮਾਰੇ ਜੈਲੇ ਦੀ ਪਿੰਡ ਵੜਨ ਨੂੰ ਰੂਹ ਨਹੀਂ ਸੀ ਕਰਦੀ। ਰਾਤ ਨੂੰ ਵੀ ਉਹ ਖੇਤ ਚ ਹੀ ਸੌ ਜਾਂਦਾ ਮਾਂ ਦੀ ਕਰਤੂਤ ਕਰਕੇ ਲੋਕਾਂ ਨੂੰ ਮਿਲਣ ਤੋਂ ਕਤਰਾਉਂਦਾ ਸੀ। ਪਰ ਲੋਕ ਸਨ ਕਿ ਉਹਦਾ ਪਿੱਛਾ ਹੀ ਨਾ ਛੱਡਦੇ। ਉਹਨੂੰ ਮਿਲਣ ਵਾਲਿਆਂ ਚ ਸਭ ਤੋਂ ਜ਼ਿਆਦਾ ਗਿਣਤੀ ਉਹਨਾਂ ਮੁੰਡਿਆਂ ਖੁੰਡਿਆਂ ਦੀ ਹੁੰਦੀ ਜਿਹੜੇ ਉਸ ਦੀ ਲਾਈ ਚੇਟਕ ਦਾ ਸ਼ਿਕਾਰ ਸੀ। ਪਿਛਲੇ 2 ਮਹੀਨਿਆਂ ਚ ਉਹਨਾਂ ਨੂੰ ਕੋਈ ਤਸੱਲੀ ਬਖਸ਼ ਬੰਦਾ ਨਹੀਂ ਸੀ ਮਿਲਿਆ ਜਿਹੜਾ ਉਹਨਾਂ ਦੇ ਅੱਗੇ ਲੱਗ ਕੇ ਉਹਨਾਂ ਦੇ ਸੀਨਿਆਂ ਚੁੱਗੀਆਂ ਕਰੁੰਬਲਾ ਨੂੰ ਵਧਨ ਫੁੱਲਾਂ ਚ ਸਹਾਇ ਹੋ ਸਕੇ ਤੇ ਕੁਝ ਮਹੀਨੇ ਪਹਿਲਾਂ ਗਵਾਂਡੀ ਪਿੰਡ ਹੋਈ ਵਿਸਵੇਦਾਰ ਦੇ ਕਤਲ ਇੱਕ ਦੋ ਸਫਲ ਹੜਤਾਲਾਂ ਨਾਲ ਵਧੀਆਂ ਦਿਹਾੜੀਆਂ ਕਈ ਇਹੋ ਜਿਹੀਆਂ ਹੋਰ ਸਫਲਤਾਵਾਂ ਨੇ ਲੋਕਾਂ ਦਾ ਧਿਆਨ ਇਹਨਾਂ ਨਵੇਂ ਮੁੰਡਿਆਂ ਵੱਲ ਖਿੱਚਿਆ ਸੀ ਇਧਰੋਂ ਉਧਰੋਂ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਜੈਲਾ ਸ਼ਹਿਰ ਕਿਧਰੇ ਨਹੀਂ ਰਿਹਾ ਸਗੋਂ 2 ਮਹੀਨਿਆਂ ਨਾਲ ਹੀ ਮੁੰਡਿਆਂ ਨਾਲ ਰਹਿ ਕੇ ਆਇਆ ਸੀ ਉਹਨਾਂ ਨੂੰ ਵਿਸ਼ਵਾਸ ਸੀ ਜੇਲਾ ਢੇਰ ਸਾਰੀਆਂ ਗੱਲਾਂ ਸਿੱਖ ਕੇ ਆਇਆ ਹੁਣ ਉਹ ਤਾਂ 2-4 ਪਲਾਂ ਵਿੱਚ ਬਹੁਤ ਕੁਝ ਸਮਝ ਆ ਜਾਂਦੀ ਸੀ ਤੇ ਜਿਹੜਾ 2 ਮਹੀਨੇ ਕੱਟ ਜਾਈ ਉਹਦਾ ਕੀ ਟਿਕਾਣਾ ਕਈ ਵਾਰ ਝੁੰਡਾਂ ਦੇ ਝੁੰਡੋਸਕੂਲੋਂ ਦੇ ਪਰ ਆਪਣੇ ਪ੍ਰਤੀ ਉਹਦੇ ਮਨ 'ਚ ਇਨੀ ਨੀਚਤਾ ਵਧ ਗਈ ਸੀ ਕਿਸੇ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ ਹਰ ਵਾਰ ਉਹ ਟਾਲਣ ਦਾ ਯਤਨ ਕਰਦਾ ਪਰ ਲੋਕ ਸੰਕੇ ਖਿਹੜਾ ਨਾ ਛੱਡਦੇ ਉਸ ਸਮੇਂ ਬਾਰੇ ਪੁੱਛਦੇ ਜਦੋਂ ਜ਼ਮੀਨਾਂ ਦੇ ਮਾਲਕ ਹੋਣਗੇ ਤੇ ਉਹਨਾਂ ਦੇ ਕਿਸੇ ਦਾ ਡੰਡਾ ਨਹੀਂ ਚੱਲੇਗਾ ਉਹਨਾਂ ਦੀਆਂ 3 ਭੈਣਾਂ ਦੀਆਂ ਇੱਜ਼ਤਾਂ ਸ਼ਰਯਾਮ ਨਹੀਂ ਲੁੱਟੀਆਂ ਜਾਣਗੀਆਂ ਤੇ ਹੋਰ ਲੱਖਾਂ ਸੁਪਨੇ ਸਾਕਾਰ ਹੋਣਗੇ ਗਵਾਂਢੀ ਪਿੰਡਾਂ 'ਚ ਬਣ ਰਹੀਆਂ ਜਥੇਬੰਦੀਆਂ ਤੋਂ ਪ੍ਰਭਾਵਿਤ ਹੋਇਓ ਹਰ ਵਾਰ ਜੇਲੇ ਨੂੰ ਫਰਮੈਸ਼ਨ ਕਰਦੇ ਭਾਈ ਜੇਲਿਆ ਆਪਣੇ ਪਿੰਡ 'ਚ ਕਰ ਲੈ ਕੁਝ ਦੇਖ ਲੈ ਨਾ ਪਾਸਾ ਹੀ ਪਲਟਦਾ ਅੱਗੇ ਆਈ ਵਾਰੀ ਵਿਸਵੇ ਦਾ ਠੇਕਾ ਵਧਾ ਦਿੰਦਾ ਸੀ ਐਦਕੀ ਲੋਕਾਂ ਨੇ ਮਰਜ਼ੀ ਦੇ ਠੇਕੇ ਦਿੱਤੇ ਨੇ ਜਦੋਂ ਦਾ ਖੂਨ ਹੋਇਆ ਉਨਜੀ ਸੌਂਗ ਹੈ ਜੀ ਆਪਣੇ ਵੀ ਊ ਹੋ ਜੀ ਉਹਨਾਂ ਨੇ ਕੁਝ ਉਹਨਾਂ ਨੇ ਇਹ ਕੁਝ ਕੋਈ ਗੱਲਾਂ ਨਾਲ ਨਹੀਂ ਕਰ ਲਿਆ ਜਾਨਾਂ ਤੇ ਲੀਤੇ ਰੱਖੀਆਂ ਉਹਨਾਂ ਕਈ ਕਈ ਦਿਨ ਫਾਕੇ ਇਕੱਟੇ ਗੋਲੀਆਂ ਖਾਧੀਆਂ ਤੇ ਇਹ ਜਾ ਕੇ ਸਫਲਤਾ ਮਿਲੀ ਹੈ ਇਹ ਤਾਂ ਗੱਲ ਏ ਕੁਝ ਨਹੀਂ ਦੇਖੀ ਅਸੀਂ ਕੀ ਕੀ ਕਰਨਾ ਫਿਰ ਭਾਈ ਆਪਾਂ ਕਿਹੜਾ ਪਿੱਛੇ ਹਟਦੇ ਹਾਂ ਤੂੰ ਬਲਾਕ ਕਦੇ ਆਪਣੇ ਮੁੰਡੇ ਖੁੰਡਿਆਂ ਨੂੰ ਅਸੀਂ ਸਾਰੇ ਛੋਡੇ ਪਿੱਛੇ ਲੱਗਾਂਗੇ ਮੇਰੇ ਕੰਨੀਆਂ ਤੋਂ ਭਾਵੇਂ ਕੱਲ ਨੂੰ ਹੀ ਕਰ ਲਓ ਪਰ ਕਰਿਓ ਤਾਂ ਜਿਹੜਾ ਨਾ ਹੋ ਨਹੀਂ ਤਾਂ ਇਹ ਵੀ ਯਾਦ ਰੱਖਿਓ ਵੀ ਲੈਣੇ ਦੇ ਦੇਣੇ ਪੈ ਜਾਣਗੇ ਪੰਜੀ ਸੱਤੀ ਦਿਨੀ ਕਰਤਾਰੋ ਵੀ ਖੇਤ ਗੇੜਾ ਮਾਰਦੀ ਹਰ ਵਾਰ ਉਤਰਲੇ ਮਿੰਤਾ ਸਰਦਾਰ ਦੇ ਖੇਤ ਮੋੜ ਆਉਂਦੀਆਂ ਗੱਲਾਂ ਤੂੰ ਦਬਾ ਹੋ ਜਾ ਇੱਥੋਂ ਤੂੰ ਮੈਨੂੰ ਦੋ ਸਿਆੜ ਜ਼ਮੀਨ ਨਾਲ ਖਰੀਦ ਨਹੀਂ ਸਕਦੀ ਤੇਰੇ ਅਰਗੀ ਫਰੇਬਣ ਮੈਂ ਕੋਈ ਨਹੀਂ ਦੇਖੀ ਉਹ ਵੀ ਮਾਂ ਸੀ ਜਿਹਦਾ ਗੁਰਕੀ ਨੇ ਪੂਰਾ ਨਾਵਲ ਲਿਖਿਆ ਤਿਕ ਤੂੰ ਏ ਤੂੰ ਇੱਥੇ ਨਾ ਆਇਆ ਕਰ ਕਿਤੇ ਮੈਂ ਤੇਰਾ ਕਤਲ ਨਾ ਕਰ ਬਾਂ ਸਮੇ ਤੋਂ ਪਹਿਲਾਂ ਹੀ ਮੈਨੂੰ ਸਿੱਖਾਂ ਅੰਦਰ ਨਾ ਜਾਣਾ ਪੈ ਰਿਹਾ। ਤੂੰ 2 ਮਹੀਨੇ ਉੱਥੇ ਕੱਟ ਕੇ ਵੀ ਕੋਰੇ ਦਾ ਕੋਰਾ ਰਿਹਾ। ਤੈਨੂੰ ਪਤਾ ਨਹੀਂ ਕਾਦ ਕਲਾਉ। ਤੈਨੂੰ ਕਿਵੇਂ ਸਮਝਾਵਾਂ ਮੈਂ ਕੀ ਕਰ ਰਹੀ ਆਂ। ਤੂੰ ਸਾਨੂੰ ਸਭ ਨੂੰ ਬਦਨਾਮ ਕੀਤਾ। ਪਤਾ ਨਹੀਂ ਤੇਰੇ ਕਰਕੇ ਕਿੰਨਿਆਂ ਨੂੰ ਜਾਨੋਂ ਹੱਥ ਧੋਣੇ ਪੈਣਗੇ। ਤੂੰ ਤੁਰ ਨਹੀਂ ਮੈਨੂੰ ਤੇਰਾ ਮੂੰਹ ਬੰਦ ਕਰਨ ਲਈ ਤੂੰ ਹਲੇ ਮੈਨੂੰ ਸਮਝ ਨਹੀਂ ਸਕਦਾ। ਮੈਂ ਤੇਰੀ ਪਾਰਟੀ ਲਈ ਤੇਰੇ ਨਾਲੋਂ ਜ਼ਿਆਦਾ ਕੰਮ ਕਰ ਰਹੀ ਆਂ। ਜਦੋਂ ਇਸ ਪਾਸੇ ਪਈ ਗਈ ਫਿਰ ਰਿਸ਼ਤੇ ਨਾਤੇ ਕੀ? ਤੂੰ ਮੇਰਾ ਆਖਾ ਮੰਨ। ਇਹਦਾ ਫਾਇਦਾ ਸਾਨੂੰ ਸਭ ਨੂੰ ਹੋਣਾ। ਕਦੇ ਹੁਣ ਬੰਸੋ ਨੂੰ ਮਿਲੀ ਤੇਰੇ ਨਾਲੋਂ ਕਿਤੇ ਜ਼ਿਆਦਾ ਸਿਧਾਂਤ ਜਾਣਦੀ ਐ ਪਰ ਜੈਲੇ ਨੇ ਕਦੇ ਕਰਤਾਰੋਂ ਨੂੰ ਨਾ ਸਮਝਿਆ ਜਦੋਂ ਕਰਤਾਰੋਂ ਪਿੱਛਾ ਨਾ ਛੱਡਦੀ ਉੱਠ ਕੇ ਕਿਧਰੇ ਹੋਰ ਤੁਰ ਜਾਂਦਾ ਉਹਦੀ ਬੇਜਮਗੀ ਤੇ ਝੂਰਦੀ ਕਰਤਾਰੋਂ ਵਾਪਸ ਮੁੜ ਜਾਂਦੀ ਕਾਲਜ ਪੜ੍ਹਦੇ ਦੋ ਤਿੰਨ ਮੁੰਡੇ ਭਾਵੇਂ ਪਿੱਛੋਂ ਮੁਜਾਰਿਆਂ ਚ ਤਾਲਮੇਲ ਕਰਦੇ ਰਹੇ ਸੀ ਪਰ ਉਹਨਾਂ ਨੂੰ ਇੰਨੀ ਸਫਲਤਾ ਨਹੀਂ ਸੀ ਮਿਲੀ ਉਤਲੀਆਂ ਕਮੇਟੀਆਂ ਦੇ ਮੈਂਬਰ ਹੋਣ ਕਰਕੇ ਬਹੁਤਾ ਸਮਾਂ ਨਹੀਂ ਸੀ ਦੇ ਸਕਦੇ ਜੈਲੇ ਨੂੰ ਮੁੜ ਸਰਗਰਮ ਹੋਣ ਦੇ ਸੁਨੇਹੇ ਆ ਰਹੇ ਸੀ ਪਰ ਜੇਲੇ ਵਿੱਚੋਂ ਮਰਿਆ ਮੈਂ ਉਹਨੂੰ ਕੋਈ ਵੀ ਕੰਮ ਨਾ ਕਰਨ ਦਿੰਦਾ ਉਹਨੂੰ ਪੂਰਾ ਯਕੀਨ ਹੋ ਗਿਆ ਸੀ ਜਿਹਨੂੰ ਵੀ ਉਹ ਸਰਦਾਰ ਵਿਰੁੱਧ ੜਕਾਉਣ ਦੀ ਕੋਸ਼ਿਸ਼ ਕਰੇਗਾ ਉਹ ਉਹਤੇ ਹੱਸੇਗਾ ਉਹਦਾ ਮੂੰਹ ਚੜਾਏਗਾ ਉਹਦੀ ਮਾਂ ਹੀ ਜਦੋਂ ਉਹਦੇ ਟੁਕੜਿਆਂ ਤੇ ਪਲਦੀ ਸੀ ਲੋਕ ਕਿਸ ਤਰ੍ਹਾਂ ਉਹਤੇ ਵਿਸ਼ਵਾਸ ਕਰਨ ਰਾਤ ਬਰਾਤੇ ਮੁੰਡੇ ਫਿਰ ਉਸ ਕੋ ਲਾਉਣ ਲੱਗੇ ਕਰਤਾਰੂ ਵਾਂਗੂ ਜੇਲੇ ਤੇ ਜੋਰ ਦਿੰਦੇ ਉਹ ਸਰਦਾਰ ਦੇ ਖੇਤ ਨਹੀਂ ਚਲੇ ਜਾਵੇ ਚੌਧਰੀ ਕੋਲੇ ਤਾਂ ਸਾਰੇ 20 25 ਮੇ ਜਾ ਰਹੇ ਉਹ ਵੀ ਨਾਂ ਵਰਗੇ ਪਰ ਸਰਦਾਰ ਕੋਲੇ ਡਾਰਾਂ ਦੀਆਂ ਡਾਰਾਂ ਉਹਨੂੰ ਸਮਝਾਉਂਦੇ ਜੋ ਕੰਮ ਵਿੱਚ ਵਿੱਚ ਰਹਿ ਕੇ ਕੀਤਾ ਜਾ ਸਕਦਾ ਉਹ ਬਾਹਰ ਨਹੀਂ ਪਰ ਜੇਲਾ ਕਦੇ ਨੱਕ ਤੇ ਮੱਖੀ ਨਾ ਬੈਠਣ ਦਿੰਦਾ ਜਿੰਨਾ ਚਿਰ ਮੈਂ ਜਿਊਂ ਅਣਖ ਨਾਲ ਨਹੀਂ ਮੌਤ ਚੰਗੀ ਉਸ ਸਰਦਾਰ ਦੇ ਨੂੰ ਜਿਸ ਨੂੰ ਮਾਰਨ ਦੇ ਮੈਂ ਮਨਸੂਬੇ ਬਣਾਉਣਾ ਜਿਨੇ ਮੇਰਾ ਪਿਓ ਮਾਰਿਆ ਮੇਰੀ ਭੈਣ ਨੂੰ ਹੱਥ ਪਾਇਆ ਮੇਰੀ ਮਾਂ ਨੂੰ ਮਜਬੂਰ ਕੀਤਾ ਹੋਵੇ ਉਸ ਕੋਲੇ ਮੈਂ ਕਿਸੇ ਕੀਮਤ ਤੇ ਵੀ ਕੰਮ ਨਹੀਂ ਕਰ ਸਕਦਾ ਪਾਰਟੀ ਮਰੇ ਜਾਂ ਜੀਵੇ ਮੈਨੂੰ ਕੋਈ ਵਾਸਤਾ ਨਹੀਂ ਹਰਖੇ ਜੈਲੇ ਨੂੰ ਸਮਝਾਉਣ ਦਾ ਯਤਨ ਕਰਦੇ ਜੈਲਾ ਹੈਰਾਨ ਹੁੰਦਾ ਜਦੋਂ ਕਰਤਾਰੇ ਨੂੰ ਕਰਤਾਰੋਂ ਨੂੰ ਨਿੰਦਣ ਦੀ ਥਾਂ ਉਹ ਤਰੀਫਾਂ ਕਰਦੇ ਸਰਦਾਰ ਦੇ ਇਸ਼ਾਰੇ ਤੇ ਨੱਚ ਕੇ ਉਹਨੇ ਕੀ ਚੰਗਾ ਕੀਤਾ ਸੀ ਉਹਨੂੰ ਸਮਝ ਨਾ ਆਉਂਦੀ ਜੈਲੇ ਦੀ ਫੜੀ ਨਾ ਕਦੇ ਵੀ ਹਾਂਚ ਨਾ ਬਦਲ ਸਕੇ ਨਿਰਾਸ਼ ਹੋਏ ਮੁੰਡਿਆਂ ਨੇ ਹਥਿਆਰ ਸੁੱਟ ਦਿੱਤੇ ਅੰਗ ਸੰਤਿ ਜੈਲੇ ਚਾਈ ਸੁਸਤੀ ਕਾਰਨ ਰੁਕੇ ਕੰਮ ਨੂੰ ਸਕੂਲ ਚ ਬਦਲ ਕੇ ਆਏ ਨਵੇਂ ਮਾਸਟਰ ਨੇ ਅੱਗੇ ਤੋਰਿਆ ਸਕੂਲੋਂ ਛੁੱਟੀ ਮਿਲਦੇ ਆ ਉਹ ਘਰ ਘਰ ਘੁੰਮਦਾ ਸੱਥਾਂ 'ਚ ਬੈਠਦਾ ਆਂਗ ਗਵਾਂਡ 'ਚ ਹੁੰਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਾ ਲੋਕ ਖੁਦ ਵੀ ਘੱਟ ਉਤਸੁਕ ਨਹੀਂ ਸੀ ਪਰ ਮਾਸਟਰ ਦੀਆਂ ਗੱਲਾਂ ਨੇ ਉਹਨਾਂ ਨੂੰ ਵੀ ਸੇਧ ਦਿੱਤੀ ਮਹੀਨੇ ਡੇਢ ਮਹੀਨੇ 'ਚ ਉਹ ਖੁਦ ਮਾਸਟਰ ਦੇ ਪਿੱਛੇ ਪਿੱਛੇ ਘੁੰਮਣ ਲੱਗੇ ਦਿਨਾਂ 'ਚ ਭਾਵੇਂ ਮਾਸਟਰ ਨੇ ਜਸਵੀਰ ਬਿੱਲੂ ਤੇ ਹੋਰ ਕਈ ਸਿਰਕੱਟ ਨੌਜਵਾਨਾਂ ਨਾਲ ਚੰਗੇ ਅਸਰ ਰੂਸੂਖ ਬਣਾ ਲਈ ਸੀ ਫਿਰ ਵੀ ਨਵਾਂ ਹੋਣ ਕਰਕੇ ਉਹ ਸਿੱਧੀ ਟੱਕਰ ਤੋਂ ਝਿਜਕਦਾ ਸੀ ਮੁਜਾਰਿਆਂ ਦੀਆਂ ਘਰੇਲੂ ਲੜਾਈਆਂ ਉਹਨਾਂ ਦੀਆਂ ਪਾਰਟੀਆਂ ਸਰਦਾਰਾਂ ਚੌਧਰੀਆਂ ਤੇ ਕਈ ਹੋਰ ਘਰਾਂ ਦੀਆਂ ਧਮਕੀਆਂ ਆਦ ਕਈ ਗੱਲਾਂ ਸੀ ਜਿਹੜੀਆਂ ਉਹਦੇ ਕਦਮ ਪਛਾਣੂ ਖਿੱਚਦੀਆਂ ਕਈ ਵਾਰ ਉਹਨੇ ਦਿਨ ਨਿਸ਼ਚਿਤ ਕੀਤੇ ਸੀ ਪਰ ਕਿਸੇ ਕਾਰਨ ਕਰਕੇ ਉਹ ਦਿਨ ਅੱਗੇ-ਅੱਗੇ ਪਾਉਂਦਾ ਰਹਿੰਦਾ ਪੈਂਦਾ ਰਹਿੰਦਾ ਮਾਸਟਰ ਦੀ ਇਸ ਸਰਗਰਮੀ ਨੇ ਸਰਦਾਰਾਂ ਦੇ ਵੀ ਕੰਨ ਖੜੇ ਕਰਤੇ ਉਹਨੂੰ ਸਕੂਲਾਂ ਤੋਂ ਕਢਾਉਣ ਦੀਆਂ ਯੋਜਨਾਵਾਂ ਸਰਦਾਰ ਦੀ ਕੋਠੀ ਬਣਨ ਲੱਗ ਪਈਆਂ ਇਸ ਖਿੱਚੋ ਤੁਹਾਨੂੰ ਧਿਆਨ ਚ ਰੱਖਦੇ ਆ ਇੱਕ ਦਿਨ ਮਾਸਟਰ ਨੇ ਬਿੱਲੂ ਨੂੰ ਨਾਲ ਲੈ ਕੇ ਜੇਲੇ ਨੂੰ ਮਿਲਣ ਦੀ ਸਲਾਹ ਬਣਾਈ ਜੇ ਜੈਲਾ ਸਾਡੇ ਨਾਲ ਹੋ ਜੇ ਸਾਨੂੰ ਬੜੀ ਆਸ ਵੱਜ ਸਕਦੀ ਹੈ ਮੁਜਾਰੇ ਮੁੰਡੇ ਖੁੰਡੇ ਉਹਦੇ ਦਮ ਚ ਦਮ ਪਰਦੇ ਨੇ ਮੈਂ ਤਾਂ ਆਪ ਚਾਹੁੰਨਾ ਕੁਝ ਹੋ ਗਏ ਲੋਕਾਂ ਨੂੰ ਪਤਾ ਲੱਗੇ ਏਕਾ ਚੀਜ਼ ਕੀ ਹੈ ਤੇ ਜੇ ਤੁਸੀਂ ਅੱਗੇ ਲੱਗੋ ਮੈਂ ਤਾਂ ਤਨੋਂ ਮਨੋਂ ਤੁਹਾਡੇ ਨਾਲ ਜੈਲੇ ਦੀ ਹਾਂ ਨਾਲ ਮਾਸਟਰ ਦੀ ਖੁਸ਼ੀ ਦੀ ਹੱਦ ਨਾ ਰਹੀ ਉਸ ਰਾਤ ਉਹਨਾਂ ਦਮ ਨਾਲਿਆ ਘਰ ਘਰ ਘੁੰਮੇ ਆਪਣੇ ਨਿਸ਼ਾਨੇ ਬਣਾਏ ਅਗਲੇ ਦਿਨ ਬਣ ਰਹੀ ਜੱਤੇ ਬੰਦੀ ਚ ਵੱਧੋ ਵੱਧ ਹਿੱਸਾ ਲੈਣ ਲਈ ਪ੍ਰੇਰ ਦੇ ਰਹੇ ਲੋਕਾਂ ਦੇ ਹੰਗਾਰਿਆਂ ਨੇ ਉਹਨਾਂ ਨੂੰ ਹੋਰ ਵੀ ਹੌਸਲਾ ਦਿੱਤਾ ਜਿੰਨਾ ਜਿਸ ਤੋਂ ਸਰਿਆ ਹਿੱਸਾ ਪਾਇਆ ਈਆਂ ਵਿਅੰਗ ਕਸੀ ਅਸਫਲਤਾਵਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਪਰ ਉਹਨੇ ਧੜਕ ਕੁੰਮਦੀ ਰਹੀ ਨਿਰੇ ਉਤਸ਼ਾਹ ਨਾਲ ਭਰੇ ਜਲਸੇ ਵਾਲੇ ਦਿਨ ਉਹਨਾਂ ਦਾ ਧਰਤੀ ਤੇ ਪੱਬ ਨਹੀਂ ਸੀ ਪੰਦਾ ਲੋਕਾਂ ਨੇ ਉਹਨਾਂ ਦੇ ਖਿਆਲ ਤੋਂ ਕਈ ਗੁਣਾ ਜ਼ਿਆਦਾ ਉਤਸ਼ਾਹ ਦਿਖਾਇਆ ਸੀ ਬਾਹਰੋਂ ਆਏ ਨੌਜਵਾਨਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਨੇ ਪਿੰਡ ਵਾਲਿਆਂ ਨੂੰ ਹੋਰ ਵੀ ਹੌਸਲਾ ਦਿੱਤਾ ਉਹਨਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਉਹਨਾਂ ਬਦਕਿਸਮਤਾਂ ਨੂੰ ਪੜਾਉਂਦਾ ਸੀ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਸਕੂਲਾਂ ਰਹਿ ਗਏ ਸੀ ਅਗਲੀ ਸਵੇਰ ਮਾਸਟਰ ਆ ਪਾਇਆ ਅਠਾਈ ਦੇ ਕਮਰਿਆਂ ਚ ਮਣਮਣ ਪਈਆਂ ਬਿੱਠਾਂ ਨੂੰ ਹੱਥੀਂ ਚੁੱਕ ਕੇ ਸਫਾਈ ਕੀਤੀ ਸ਼ਾਮ ਤੱਕ ਕਲੀਕੂਚੇ ਨਾਲ ਕਮਰਾ ਲਿਸ਼ ਲਿਸ਼ ਕਰਨ ਲੱਗਾ ਕਈਆਂ ਨੂੰ ਪੜਨ ਪੜਾਉਣ ਦੀ ਗੱਲ ਬੜੀ ਅਜੀਬ ਲੱਗੀ ਬੁੱਢੇ ਅਕਸਰ ਮਾਸਟਰ ਨੂੰ ਆਖਦੇ ਉਹ ਸਾਡੀਆਂ ਹੁਣ ਸਿਵਿਆਂ ਚ ਲੱਤਾਂ ਨੇ ਕੀ ਲੈਣਾ ਪੜ ਪੜਾ ਕੇ ਆਹ ਮੁੰਡਿਆਂ ਖੁੰਡਿਆਂ ਦੇ ਬੁੱਧ ਚਵਾੜ ਦਿਓ ਦੋ ਅੱਖਰ ਪਰ ਮਾਸਟਰ ਉਹਨਾਂ ਦੀ ਇੱਕ ਨਾ ਸੁਣਦਾ ਹਰ ਸ਼ਾਮ ਨੂੰ ਮੁੰਡਿਆਂ ਖੁੰਡਿਆਂ ਦੇ ਨਾਲ ਉਹਨਾਂ ਨੂੰ ਵੀ ਘਰੋਂ ਖਿੱਚ ਲਿਆਉਂਦਾ। ਅੱਧੀ ਅੱਧੀ ਰਾਤ ਤੱਕ ਉਹਨਾਂ ਨੂੰ ਪੜਾਉਂਦਾ ਰਹਿੰਦਾ। ਸਕੂਲੋਂ ਆਉਂਦਾ ਮਾਸਟਰ ਅਖਬਾਰ ਚੁੱਕ ਲਿਆਉਂਦਾ, ਸਾਥ ਵਿੱਚ ਬੈਠ ਕੇ ਪੜ੍ਹ ਕੇ ਸੁਣਾਉਂਦਾ। ਰਾਜਨੀਤਿਕ ਚਾਲਾਂ ਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਜਾਣੂ ਕਰਾਉਂਦਾ। ਉਸ ਦਿਨ ਮਾਸਟਰ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਹਨੂੰ ਸਰਦਾਰ ਦੇ ਘਰ ਪਈ ਪੰਚਾਇਤ ਦੇ ਰੇਡੀਓ ਦਾ ਪਤਾ ਲੱਗਿਆ। ਉਤਸ਼ਾਹ ਨਾਲ ਭਰਿਆ ਮਾਸਟਰ ਸਰਪੰਚ ਕੋਲੇ ਗਿਆ ਪਰ ਕਈ ਦਿਨ ਸਰਦਾਰ ਨੇ ਪੈਰਾਂ ਤੇ ਪਾਣੀ ਨਾ ਪਹਿਨਤਾ। ਮਾਸਟਰ ਦੇ ਚੱਕਰਾਂ ਤੇ ਕਈ ਹੋਰ ਦੀ ਜ਼ਿੱਦ ਜਦੋਂ ਉਹਦਾ ਖਿਹੜਾ ਨਹੀਂ ਛੱਡਿਆ ਉਹਨੂੰ ਰੇਡੀਓ ਦੇਣ ਲਈ ਸਿਰ ਝੁਕਾਉਣਾ ਪਿਆ। ਰੇਡੀਓ ਦੀਆਂ ਤਨਾਨੇ ਉਹਨਾਂ ਦੇ ਕੰਮ ਨੂੰ ਚਾਰ ਚੰਨ ਲਾਏ। ਰੇਡੀਓ ਸੁਣਨ ਦੇ ਬਹਾਨੇ ਉਹਨਾਂ ਕੋਲ ਇਕੱਠੇ ਹੁੰਦੇ ਲੋਕਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਸੀ। ਪ੍ਰੋਗਰਾਮਾਂ 'ਚ ਉਹ ਉਹਨਾਂ ਨਾਲ ਗੱਲ ਹੀ ਜੁਟ ਜਾਂਦੇ। ਸ਼ਹਿਰੋਂ ਮਿਲਣ ਵਾਲੇ ਕਰਜ਼ਿਆਂ ਬਾਰੇ, ਨਵੇਂ ਖੇਤੀ ਸੰਦਾਂ ਬਾਰੇ, ਖਾਦਾਂ ਬੀਜਾਂ ਬਾਰੇ, ਕਦੇ-ਕਦੇ ਰਾਜਨੀਤੀ ਤੇ ਸਰਕਾਰੀ ਲੁੱਟਖਸਟ ਬਾਰੇ ਵੀ। ਲੋਕਾਂ 'ਚ ਹੁੰਦੇ ਚਰਚਿਆਂ ਤੋਂ ਉਹਨਾਂ ਜਾਇਜ਼ਾ ਲੈ ਲਿਆ ਸੀ ਲੋਕ ਉਹਨਾਂ ਦੀ ਮੰਨਣ ਲੱਗ ਪਏ ਸੀ ਨਿੱਕੇ ਮੋٹے ਕੰਮਾਂ ਲਈ ਉਹ ਲੱਭੇ ਨਾ ਲੱਭਦੇ ਸ਼ਹਿਰ ਪੈਂਦੇ ਕੰਮ ਬਿੱਲੂ ਜਸਪੀਰ ਤੇ ਉਹਦੇ ਨਾਲ ਪੜਦੇ ਹੋਰ ਮੁੰਡੇ ਖੁੰਡੇ ਨਪਟਾ ਦਿੰਦੇ ਪਿੰਡ ਦੇ ਝਗੜੇ ਪਟਵਾਰੀ ਦੀਆਂ ਹੀਰਾ ਫੇਰੀਆਂ ਹੋਰ ਹਿਸਾਬ ਕਿਤਾਬ ਦੇ ਕੰਮਾਂ ਨਾਲ ਮਾਸਟਰ ਨਿਪਟਦਾ ਇੱਥੇ ਬੱਸਾਂ ਦੀ ਬੜੀ ਤੰਗੀ ਐ ਮਰਜ਼ੀ ਐ ਖੜਦੀ ਮਰਜ਼ੀ ਨਹੀਂ ਜੇ ਥੋੜੀ ਜੀ ਹਿੰਮਤ ਕਰੇ ਹਰ ਬੱਸ ਰੁਕਣ ਲਾ ਦਈਏ ਇੱਕ ਦਿਨ ਮਾਸਟਰ ਨੇ ਰੇਡੀਓ ਸੁਣਾ ਲਾਇ ਲੋਕਾਂ ਕੋਲੇ ਗੱਲ ਝੜੀ ਆ ਤਾਂ ਬੜੀ ਸੋਹਣੀ ਸੋਚੀ ਐ ਮੰਡਿਆ ਕਾਲਜਾ ਫੋਕ ਜਾਂਦਾ ਜਦੋਂ ਖਾਲੀ ਬੱਸ ਕੋਲ ਦੀ ਲੰਘ ਜਾਂਦੀ ਐ ਇਹਦੇ ਲਈ ਥੋੜੇ ਜਿਹੀ ਪੈਸਿਆਂ ਦੀ ਲੋੜ ਪਊ ਇੱਕ ਦੋ ਬੈਂਚ ਬਣਾ ਦਈਏ ਇੱਕ ਪਿੰਡ ਦਾ ਬੋਰਡ ਗੱਡ ਦਈਏ ਫਿਰ ਦੇਖ ਜੇ ਹਰ ਬੱਸ ਨਾਲ ਰੁਕਣ ਲਾ ਦੇਣ ਨਾਲੇ ਲੋਕਾਂ ਨੂੰ ਉੱਠਣ ਬੈਠਣ ਦਾ ਆਰਾਮ ਜਿੰਨਾ ਸਾਰਿਆ ਸਰਿਆ ਦੇਵਾਂਗੇ ਸਾਥੋ ਤਾਂ ਭਾਵੇਂ ਹੁਣੇ ਫੜ ਲੈ ਕੰਮ ਕਰਾ ਜ਼ਰੂਰ ਕਦੇ ਕਿਸੇ ਤਰੀਕ ਤੇ ਜਾਣਾ ਹੋਵੇ ਕੋਈ ਭਰੋਸਾ ਨਹੀਂ ਹੁੰਦਾ ਸਮੇ ਸਿਰ ਪੁੱਜਾਂਗੇ ਕਿ ਨਹੀਂ ਪੈਸੇ ਭਾਵੇਂ ਲੋੜ ਤੇ ਆਸ ਨਾਲੋਂ ਕਈ ਗੁਣਾ ਘੱਟ-ਕੱਠੇ ਹੋਏ ਸਨ ਫਿਰ ਵੀ ਉਹ ਖੁਸ਼ ਸੀ ਉਹਨਾਂ ਨੂੰ ਕੁਝ ਕਰਨ ਦਾ ਮੌਕਾ ਮਿਲਿਆ ਸੀ ਸੜਕ ਤੇ ਬੈਂਚ ਉਹਨਾਂ ਮੁਫਤ ਵਾਂਗ ਬਣਵਾ ਲਈ ਇੱਟਾਂ ਪੱਠੇ ਵਾਲਿਆਂ ਤੋਂ ਮੁਫਤ ਲੈ ਕੇ ਕੰਮ ਕਰਨ ਨੂੰ ਆਪ ਸ਼ੇਰਾਂ ਵਰਗੇ ਦੋ ਦਿਨਾਂ 'ਚ ਕੰਮ ਨਿਪਟੜ ਗਿਆ ਤੀਜੇ ਦਿਨ ਹਰ ਬੱਸ ਰੁੱਕ ਕੇ ਲੰਘਣ ਲੱਗੀ ਲੱਗਦੇ ਹੱਥੋਂ ਨਾ ਮੰਦਰ ਦੀ ਹਲਤੀ ਨਾਲ ਖੇਲ ਵੀ ਬਣਾਤੀ ਡੰਗਰ ਪਸ਼ੂ ਪਾਣੀ ਕੰਨੀਓ ਤੰਗ ਸੀ ਛੱਪੜ ਦੇ ਗੰਦੇ ਪਾਣੀ ਤੋਂ ਉਹਨਾਂ ਦਾ ਖਿਹੜਾ ਛੁੱਟ ਗਿਆ ਪੈਸੇ ਇਕੱਠੇ ਕਰਦੇ ਮਾਸਟਰ ਨੂੰ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੋਈ ਉਹ ਨੂੰ ਨਵਾਂ ਸੁਝਿਆ ਖਿਆਲ ਸੀ ਜਦੋਂ ਕਦੇ ਪੈਸੇ ਇਕੱਠੇ ਕਰਦਾ ਉਹ ਕਿਸੇ ਬੁੱਢੇ ਠੇਰੇ ਨੂੰ ਮਿਲਦਾ ਹੋਏ ਉਹ ਆਖਦਾ ਕੋਈ ਧਰਮ ਅਰਥ ਦਾ ਕੰਮ ਹੋਵੇ ਹੋਰ ਗੱਲ ਐ ਇਹੋ ਜੇ ਕੰਮ ਇਹੋ ਗੱਲ ਇੱਕ ਦਿਨ ਉਹਨੇ ਦੋਸਤਾਂ ਨਾਲ ਸਾਂਝੀ ਕੀਤੀ ਕਿਉਂ ਨਾ ਕਿਸੇ ਅਖੰਡ ਪਾਠ ਨਾਲ ਹੀ ਪੈਸੇ ਇਕੱਠੇ ਕੀਤੇ ਜਾਣ ਮਾਸਟਰ ਦੀ ਇਸ ਗੱਲ ਨਾਲ ਕੋਈ ਸਹਿਮਤੀ ਨਹੀਂ ਸੀ ਉਹ ਹਰ ਵਾਰ ਆਖਦੇ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਐ ਅਸੀਂ ਤਾਂ ਲੋਕਾਂ ਨੂੰ ਇਧਰੋਂ ਮੋੜਨਾ ਹੈ ਪਰ ਇਹ ਤਾਂ ਪੁੱਠਾ ਕੰਮ ਹੈ ਮਾਸਟਰ ਕਈ ਦਿਨ ਉਹਨਾਂ ਨੂੰ ਸਮਝਾਉਂਦਾ ਰਿਹਾ ਇੱਥੇ ਗੱਲ ਸਿਰਫ ਪੈਸੇ ਦੀ ਸੀ ਨਾਲੇ ਉਹ ਇਹਨਾਂ ਤੁਕਾਂ ਵਿੱਚ ਹੀ ਪ੍ਰਚਾਰ ਕਰਨ ਦੀ ਗੱਲ ਕਰਦਾ ਸੀ ਉਹਨੇ ਇੰਜ ਹੀ ਕੀਤਾ 500 ਦੀ ਬਚਤ ਤਾਂ ਜੋ ਕੀਤੀ ਉਹ ਕੀਤੀ ਨਾਲੇ ਜਿਹੜੇ ਗੁਰਬਾਣੀ ਦੇ ਅਰਥ ਉਹਨੇ ਕੀਤੇ ਉਹ ਕਿਤੇ ਜ਼ਿਆਦਾ ਅਸਰਦਾਰਕ ਸੀ ਪਿੰਡ 'ਚ ਉਹਨਾਂ ਦੀ ਹੋਰ ਵਾਵਾ ਹੋਣ ਲੱਗ ਪਈ ਉਹਨਾਂ ਦੇ ਨਾਸਤਕ ਹੋਣ ਦਾ ਭਰਮ ਵੀ ਕਿਸੇ ਹੱਦ ਤੱਕ ਦੂਰ ਹੋ ਗਿਆ ਸੀ ਦਿਨੋਂ ਦਿਨ ਉਹਨਾਂ ਦੇ ਪੈਰ ਜੰਮਦੇ ਜਾ ਰਹੇ ਸੀ ਮਾਸਟਰ ਕਈ ਕਈ ਦਿਨ ਪਿੰਡ ਹੀ ਰਹਿੰਦਾ ਸਕੂਲ ਦੇ ਖੁੱਲੇ ਗਰਾਊਂਡ 'ਚੋਂ ਨਾ ਕਈ ਬੈਂਚ ਬਣਵਾ ਦਿੱਤੇ। ਨੌਜਵਾਨਾਂ ਦੀ ਖੇਲ-ਖੁੱਦ ਲਈ ਕੁਝ ਸਮਾਨ ਮੰਗਵਾ ਲਿਆ ਗਿਆ। ਅੱਧੀ ਰਾਤ ਤੱਕ ਸਕੂਲ ਦੀ ਲਾਇਬ੍ਰੇਰੀ ਖੁੱਲੀ ਰਹਿਣ ਲੱਗੀ। ਪੜ੍ਹਨ ਦਾ ਸ਼ੌਕ ਨੌਜਵਾਨਾਂ 'ਚ ਕਾਫੀ ਵਧ ਗਿਆ ਸੀ। ਹਰ ਰਾਤ ਉੱਥੇ ਇੱਕ ਮੇਲਾ ਜਿਹਾ ਲੱਗਦਾ। ਲੋਕਾਂ ਨੂੰ ਵਿਆਹ ਵਰਗਾ ਨਸ਼ਾ ਚੜਿਆ ਰਹਿੰਦਾ। ਮਾਸਟਰ ਪਿੰਡਾਂ 'ਚ ਬਜ਼ੁਰਗਾਂ ਵਾਂਗ ਪਿਆਰਿਆ ਜਾਣ ਲੱਗਾ। ਵਿਹਲੇ ਦਿਨੀ ਉਹਨਾਂ ਇੱਕ ਮੇਲਾ ਲਾਇਆ। ਘੋਲਾਂ, ਕਬੱਡੀਆਂ, ਘੋੜਿਆਂ, ਊਠਾਂ ਤੇ ਗੱਡਿਆਂ ਦੀ ਰੇਸ ਤੇ ਢਾਡੀ ਜੱਥਿਆਂ ਦੀ ਖਿੱਤੇ ਲੋਕ ਦੂਰ ਦੂਰ ਦੇ ਪਿੰਡਾਂ ਤੋਂ ਮੇਲਾ ਵੇਖਣ ਆਏ। ਹਰ ਰਾਤ ਜਲਸੀ ਹੁੰਦੇ, ਡਰਾਮਿਆਂ, ਗੀਤਾਂ, ਭੰਗੜਿਆਂ ਦੇ ਨਾਲ-ਨਾਲ ਬਾਹਰਲੇ ਪਿੰਡਾਂ ਦੇ ਨੌਜਵਾਨ ਆਪਣੀਆਂ ਸਭਾਵਾਂ ਦੀਆਂ ਪ੍ਰਾਪਤੀਆਂ ਦੇ ਵੀ ਜ਼ਿਕਰ ਕਰਦੇ। ਲੋਕ ਖੁਸ਼ ਵੀ ਸਨ, ਹੈਰਾਨ ਵੀ। ਮੁੰਡਿਆਂ ਨੇ ਉਹਨਾਂ ਦੇ ਪਿੰਡ ਦੀ ਨੁਹਾਰ ਬਦਲਣੀ ਸ਼ੁਰੂ ਕਰ ਦਿੱਤੀ ਸੀ। ਅੰਗ 38 ਟੋਬੇ ਉੱਤੇ ਆਇਆ ਸਾਦ ਤੇ ਉਸ ਦਿਵਾਲੀ ਦਿਨੋਂ-ਦਿਨ ਵੱਧ ਰਿਆ ਇਕੱਠ ਸਭਾ ਦੇ ਨੌਜਵਾਨਾਂ ਲਈ ਨਵਾਂ ਸਿਰਦਰਦੀ ਦਾ ਕਾਰਨ ਬਣ ਗਿਆ। ਕਿਸੇ ਨੂੰ ਕੁਝ ਵੀ ਪਤਾ ਨਹੀਂ ਕਦੋਂ ਉਸ ਲਈ ਕੁਲੀ ਉਸਰੀ ਕਦੋਂ ਧੋਣੀ ਲਈ ਖੁੰਡ ਆਏ ਕਿੱਥੋਂ ਉਸ ਲਈ ਖਾਣ ਪੀਣ ਨੂੰ ਆਇਆ ਪਿੰਡ ਚੋਂ ਸਮੇਂ ਚਰਚੇ ਛਿੜੇ ਜਦੋਂ ਡਾਰਾਂ ਦੀਆਂ ਡਾਰਾਂ ਕੁਲੀ ਵੱਲ ਨੂੰ ਤੁਰ ਪਈਆਂ ਜੈਲੇ ਕੋਲ ਜਦੋਂ ਖਬਰ ਆਈ ਉਹ ਕੰਬ ਗਿਆ ਉਹਨਾਂ ਦੀ ਕਰੀ ਕਰਾਈ ਦੇ ਪਾਣੀ ਫਿਰਨ ਲੱਗਿਆ ਸੀ ਸਾਰੇ ਕੰਮ ਕਾਜ ਵਿੱਚੇ ਛੱਡ ਕੇ ਉਹ ਮਾਸਟਰ ਕੋਲੇ ਗਿਆ ਕਈ ਘੰਟੇ ਉਹਨਾਂ ਚ ਸਾਧ ਬਾਰੇ ਬਹਿਸ ਹੋਈ ਉਹਨਾਂ ਸਾਧ ਨੂੰ ਕੱਢਣ ਦੇ ਕਈ ਯਤਨ ਕੀਤੇ ਪਰ ਹਰ ਵਾਰ ਸਫਲਤਾ ਹੀ ਮਿਲੀ ਦੁੱਧ ਦੀਆਂ ਬਾਲਟੀਆਂ ਮੱਖਣਾਂ ਦੇ ਪੇੜੇ ਕਈ ਸੇਰ ਖੇਲਾਂ ਪਤਾ ਸੀ ਉਸ ਕੋਲ ਪੁੱਜਣ ਲੱਗ ਪਏ ਜੇ ਅਸੀਂ ਇਹਦਾ ਜਲਦੀ ਫਾੜ ਨਾ ਵੱਢਿਆ ਸਾਨੂੰ ਖਰਾਬ ਕਰੂ ਜਿੰਨਾ ਜਲਦੀ ਹੋ ਸਕੇ ਇਹਨੂੰ ਪਿੰਡੋਂ ਕਢਣਾ ਚਾਹੀਦਾ ਮਨ ਇੱਕ ਹੋਰ ਹਥਿਆਰ ਵਰਤ ਲੈਣ ਦਿਓ ਫਿਰ ਅਸੀਂ ਆਖਰੀ ਹਥਿਆਰ ਵਰਤਾਂਗੇ ਮਾਸਟਰ ਨੇ ਠਰਵੇਂ ਤੋਂ ਕੰਮ ਲਿਆ ਕੀ ਕੀ ਅਸੀਂ ਕਰਨੀ ਲਿਆ ਹੋਰ ਦੇਰ ਸਾਡੀ ਨਾ ਸਮਝੀ ਐ ਜੋਸ਼ ਨਾਲ ਭਰਿਆ ਜੈਲਾ ਕੁਝ ਜ਼ਿਆਦਾ ਉਤਆਵਲਾ ਸੀ ਸੁਣਤਾ ਸੀ ਕੱਲ ਨੂੰ ਇੱਕ ਕੰਮ ਕਰ ਜਦੋਂ ਸੱਤ ਚ ਜਾਵੇ ਇੱਕ ਚੁਰਲੀ ਛੱਡ ਆਖੀ ਚੌਧਰੀ ਜੀ ਜਿਹੜੀ ਨੂੰ ਰੋਟੀ ਦੇਣ ਜਾਂਦੀ ਹੈ ਉਸ ਨਾਲ ਰਹਿੰਦੀ ਹੈ ਫਿਰ ਦੇਖੀ ਬਣਦਾ ਗੱਲ ਜਲੇ ਦੀ ਮੋਹ ਨਿਕਲੀ ਸੱਤ ਚਪੜੀ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਨਤੀਜੇ ਦੀ ਉਹਨਾਂ ਦੀ ਆਸ ਸੀ ਉਹ ਤੋਂ ਬਿਲਕੁਲ ਉਲਟੋ ਵਾਪਰਿਆ ਚੰਗੇ ਸਾਧੂ ਇਸੇ ਤਰ੍ਹਾਂ ਚਰਚਾ ਕਰਾਉਂਦੇ ਨੇ ਜਿੰਨੀ ਚਰਚਾ ਹੋਵੇ ਉਹਨੇ ਪਾਪ ਧੁੱਲਦੇ ਨੇ ਉਹਨਾਂ ਦੀਆਂ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ ਸਿਰਫ ਇੰਨਾ ਅਸਰ ਹੋਇਆ ਕਿ ਕੋਈ ਰੋਟੀ ਕਿ ਰੋਟੀ ਉਹਨਾਂ ਦੀ ਨੂੰਹ ਦੀ ਥਾਂ ਨੌਕਰ ਲੈ ਜਾਣ ਲੱਗ ਪਿਆ। ਅੱਜ ਅਸੀਂ ਮਾਸਟਰ ਜੀ ਉਹਦਾ ਫਾਵਾ ਵੱਡਣਾ। ਸੁਣਿਆ ਤੀਵੀਆਂ ਸੱਚਮੁੱਚ ਖਰਾਬ ਕਰਦਾ ਟੂਣੇ ਟਾਮਣਾ ਚ ਫਸਾਈ ਰੱਖਦਾ। ਹੁਣ ਤਾਂ ਆਖੇ ਪੱਕੀ ਕੁਟੀਆਂ ਪਾਉਣ ਨੂੰ ਫਿਰਦਾ ਹੈ। ਚੌਧਰੀ ਥਾਂ ਵੀ ਦਿਖਾਉਂਦਾ ਫਿਰਦਾ ਸੀ। ਠੀਕ ਹੈ। ਡੱਕਰ ਦੇ ਉਹ ਕੰਜਰ ਦੇ ਪੁੱਤ ਨੂੰ ਉਸੇ ਰਾਤ ਉਹ ਗਏ ਮੂੰਹ ਤੇ ਠਾਠੇ ਬਣ ਕੇ ਹੱਥਾਂ 'ਚ ਡਾਂਗਾ ਫੜੇ। ਕਈ ਘੰਟੇ ਕੁਲੀ ਦੇ ਬਾਹਰ ਡੀਕਣਾ ਪਿਆ ਅੰਦਰ ਹੁੰਦੀ ਕੁਸਰਮਸਰ ਉਹਨਾਂ ਨੂੰ ਸਮੇਂ ਨਹੀਂ ਸੀ ਆ ਰਹੀ। ਜੇ ਲਿਆ ਕਿਸੇ ਤੀਵੀ ਦੀ ਆਵਾਜ਼ ਲੱਗਦੀ ਹੈ ਜੇ ਕੋਈ ਤੀਵੀ ਹੋਈ ਆਪਣਾ ਸੌਖਾ ਹੋ ਜਾ ਜੀ ਤੀਵੀ ਹੋਈ ਫੇਰ ਬਿੱਲੂ ਦੇ ਕੰਨ ਚ ਜਲੇ ਨੇ ਕੋ ਸਰਮਸਰ ਕੀਤੀ ਫੇਰ ਟੁੱਟ ਪਈ ਦੋਨਾਂ ਨੂੰ ਖਲਾਂਗੇ ਜਿਵੇਂ ਜੇ ਅੱਗੇ ਵਧਦੇ ਗਏ ਅੱਗ ਚ ਸੜਦੇ ਘਿਓ ਦੀ ਖੁਸ਼ਬੂ ਉਹਨਾਂ ਦੇ ਨੱਕਾਂ ਚ ਘੁਸਣ ਲੱਗੀ ਕੋਈ ਟੋਣਾ ਟਾਮਣ ਹੁੰਦਾ ਉਹ ਕੜਾ ਵਧੀਆ ਮੌਕਾ ਹੈ ਓਠੇ ਧਾ ਕੇ ਕੁਲੀ ਦਾ ਦਰਵਾਜ਼ਾ ਜਾ ਤੋੜਿਆ ਦੀਵੇ ਦੀ ਮੱਧਮ ਰੌਸ਼ਨੀ ਤੇ ਧੂਏ ਨਾਲ ਭਰੀ ਕੁਲੀ ਚ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਫਿਰ ਵੀ ਔਰਤ ਦੇ ਖਿਲਰੇ ਵਾਲ ਨੰਗੀਆਂ ਛਾਤੀਆਂ ਤੋਂ ਉਹਨਾਂ ਕਾਫੀ ਸਮਝ ਲਿਆ ਸਾਧ ਵੀ ਕਿਸੇ ਨਸ਼ੇ 'ਚ ਮਦਹੋਸ਼ ਕੱਲੇ ਜੰਗੀਏ 'ਚ ਬੈਠਾ ਸੀ ਉਹਨਾਂ ਨੂੰ ਅੰਦਰ ਆਇਆ ਵੇਖ ਕੇ ਔਰਤ ਦੀਆਂ ਚੀਕਾਂ ਨਿਕਲ ਗਈਆਂ ਜੈਲੇ ਨੇ ਉਹਨੂੰ ਕਿੱਥੋਂ ਫੜ ਕੇ ਬਾਹਰ ਧੂ ਲੈ ਆਂਦਾ ਸਰੀਰ ਤੇ ਲਪੇਟੀ ਕਾਲੀ ਕੰਬਲੀ ਉੱਥੇ ਹੀ ਰਹਿ ਗਈ ਅਲਫ ਨੰਗੀ ਹੋਵੇ ਹੋਸ਼ ਹੋ ਗਈ ਸਾਲੀ ਦਾ ਕੋਈ ਨਸ਼ਾ ਖਾਦਾ ਬਿੱਲੂ ਨੇ ਉਹਦੇ ਥਿੜਕੇ ਬੋਲ ਤੇ ਉਖੜੇ ਕਦਮਾਂ ਤੋਂ ਜਾਜ਼ਾ ਲਿਆ ਨਸ਼ਈ ਸਾਥ ਤੇ ਉਹਨਾਂ ਚੰਗਾ ਕੁਟਾਪਾ ਚੜਿਆ ਚੀਕਾ ਮਾਰਦਾ ਅੱਗੇ ਹੋ ਗਿਆ ਇਹ ਕੌਣ ਹੈ ਭੈਣ ਦੇ ਯਾਰ ਦੀ ਉਹ ਚੌਧਰੀਆ ਦਿਨ ਨੂੰ ਨਿਕਲਣ ਦੇ ਜਲੂਸ ਕੰਜਰੀ ਦਾ ਪਈ ਰਹਿਣ ਦੇ ਸਵੇਰ ਤੱਕ ਚੁੱਕ ਸਾਰੇ ਕੱਪੜੇ ਲਾ ਦੇ ਅੱਗ ਕਿਦਰੇ ਪਹਿਲਾ ਹੀ ਹੋਸ਼ ਨਾ ਆ ਜੇ ਦਿਨ ਚੜਨ ਚ ਕੀ ਗੋਡੇ ਰਹਿ ਗਏ ਅੱਧੇ ਘੰਟੇ ਨੂੰ ਲੋਕ ਆਉਣ ਲੱਗ ਜਾਣਗੇ ਚੱਲ ਚੁੱਪ ਕਰਕੇ ਹੁਣ ਨਹੀਂ ਉਹ ਖੜਦਾ ਉਹ ਖੁਸ਼ੀ ਖੁਸ਼ੀ ਮੁੜੇ ਅਗਲੀ ਸਵੇਰ ਜਿਹੜਾ ਵੀ ਉੱਥੇ ਗਿਆ ਉਹਨੇ ਪੈਰੀ ਮੋੜਾਇਆ ਮਰੀਪੀ ਚੌਧਰੀ ਦਿਨੂ ਤੇ ਨਟਕੇ ਸਾਥ ਦੀ ਗੱਲ ਅੱਗੇ ਨਾ ਤੋਰੀ ਇਹ ਗੱਲ ਤਾਂ ਵੀ ਸੱਚੀ ਨਿਕਲੀ ਨਾਲੇ ਸਾਲਾ ਕੋਈ ਕੌਤਕ ਕਰ ਗਿਆ ਨਾਲੇ ਅਗਲੇ ਦਿਨ ਹਰ ਇੱਕ ਦੀ ਜ਼ਬਾਨ ਤੇ ਇਹੋ ਚਰਚਾ ਸੀ ਅੰਗ 39 ਲੋਕਾਂ ਦਾ ਪੂਰਨ ਵਿਸ਼ਵਾਸ ਜਿੱਤ ਲੈਣ ਤੋਂ ਬਾਅਦ ਹੁਣ ਉਹਨਾਂ ਦਾ ਖਿਆਲ ਆਪਣੇ ਅਸਲੀ ਮੰਤਵ ਵੱਲ ਮੁੜਨ ਦਾ ਸੀ ਉਹਨਾਂ ਦਾ ਅਸਲੀ ਮੰਤਵ ਸੀ ਸਰਦਾਰ ਦੀਆਂ ਵਧੀਆਂਕੀਆਂ ਤੋਂ ਪਿੱਛਾ ਛਡਾਉਣਾ ਦਾ ਸਰਦਾਰ ਨਾਲ ਲਈ ਜਾਣ ਵਾਲੀ ਟੱਕਰ ਨੂੰ ਤਾਂ ਹੌਲੀ-ਹੌਲੀ ਸ਼ੁਰੂ ਕਰਨਾ ਚਾਹੁੰਦੇ ਸੀ ਪਿਛਲੇ ਸਾਲ ਗਵੰਡੀ ਪਿੰਡਾਂ ਨੇ ਆਪਣੀ ਅਣ ਥੱਕ ਮਿਹਨਤਾਂ ਤੇ ਲੜਾਈ ਝਗੜਿਆਂ ਨਾਲ ਆਪਣੇ ਮਜ਼ਦੂਰਾਂ ਦੀਆਂ ਦਿਹਾੜੀਆਂ 2 ਰੁਪਏ ਤੋਂ ਵਧਾ ਕੇ 5 ਰੁਪਏ ਤੱਕ ਕਰਦੀਆਂ ਕਰ ਲੈਣ ਦੀਆਂ ਮਾਰਾਂ ਮਾਰ ਲਈਆਂ ਸੀ ਪਰ ਇੱਥੇ ਕੋਈ ਤਬਦੀਲੀ ਨਹੀਂ ਸੀ ਆਈ ਬਾਡੀਆਂ ਮੁੜ ਕੇ ਆ ਗਈਆਂ ਪਰ ਇਹੋ ਜੀ ਕੋਈ ਚਰਚਾ ਇੱਥੇ ਛਿੜੀ ਨਜ਼ਰ ਨਹੀਂ ਸੀ ਆਉਂਦੀ ਆਥਣ ਓਗਣ ਲੋਕ ਕਦੇ ਬਿੱਲੂ ਕੋਲ ਕਦੇ ਮਾਸਟਰ ਕੋਲ ਆ ਕੇ ਗੱਲ ਛੇੜਦੇ ਐਤਕੀ ਮਾਸਟਰ ਜੀ ਆਜ ਕੰਮ ਜ਼ਰੂਰ ਕਰੋ ਸੁਣਿਆ ਸ਼ਹਿਰੀ ਮਜ਼ਦੂਰ ਛੀ ਲੰਦਾ ਹੋਰ ਤਾਂ ਹੋਰ ਆਪਣੇ ਆ ਨਾਲ ਦੇ ਪਿੰਡਾਂ ਚ ਵੀ ਮਜ਼ਦੂਰੀ ਵਧ ਗਈ ਹਾੜੀ ਸੋਣੀ ਤਾਂ ਹੋਰ ਵੀ ਵਧਾ ਲੈਂਦੇ ਐ ਇੱਥੇ ਸਾਰੇ ਦੂ ਛਿਲਣ ਮਿਲਦੇ ਨੇ ਸੁੱਕੇ ਪੱਕੇ ਪਾਤਾ ਸਮਾਨ ਨੂੰ ਚੜ ਗਏ ਮਜੂਰੀ ਉੱਥੇ ਦੀ ਉੱਥੇ ਤੇ ਜੇ ਸਰਦਾਰਾਂ ਨੂੰ ਮਿਲ ਮਲਾ ਕੇ ਇੱਕ ਅੱਧ ਛਿਲੜ ਵਾਜੇ ਸਾਡਾ ਗੁਜ਼ਾਰਾ ਹੋਣ ਲੱਗ ਜੇ ਮੁੱਦਤੋਂ ਤੋਂ ਉਹੀ ਦਿਹਾੜੀ ਚੱਲੀ ਆਉਂਦੀ ਐ ਸਰਦਾਰ ਕੋਈ ਗਲਤਾਂ ਨਹੀਂ ਮੰਨਣ ਲੱਗਿਆ ਸਾਨੂੰ ਟੱਕਰ ਨਾ ਪਾਉ ਪਰ ਫਿਕਰ ਨਾ ਕਰੋ ਜਦੋਂ ਸੋਡਾ ਸਾਥ ਹੈ ਆਪਾਂ ਨੂੰ ਕੀ ਫਿਕਰ ਹੈ ਜਿਵੇਂ ਜਿਵੇਂ ਦਿਹਾੜੀ ਵਧਣ ਦੀ ਗੱਲ ਫੈਲਦੀ ਗਈ ਲੋਕ ਪੰਜਾ ਚੱਕਰ ਕੱਟਣ ਲੱਗੇ ਬਿੱਲੂ ਸੱਚੀ ਗੱਲ ਐ ਬਈ ਇਹ ਅਖੇ ਦਿਹਾੜੀ ਵਧੂ ਸੱਚੀ ਵਧੂ ਵਾਜੂ ਜੇ ਹਿੰਮਤ ਕਰੋਗੇ ਕਿਹੜਾ ਇਹ ਕੋਈ ਵੱਡਾ ਕੰਮ ਹੈ ਹਿੰਮਤ ਤਾਂ ਢਿੱਡਾਂ ਨੂੰ ਕਰਨੀ ਕਰਨੀ ਹੈ ਕਿਹੜਾ ਭਾਈ ਕਿਸੇ ਦਾ ਕੰਮ ਹੈ ਜਿਵੇਂ ਆਖੋਂਗੇ ਪਿੱਛੇ ਲੱਗਾਂਗੇ ਤੇ ਜਦੋਂ ਗੱਲ ਸਰਦਾਰ ਕੋਲ ਪਈ ਉਹਦੇ ਸੱਤੀ ਕੱਪੜੀ ਅੱਗ ਲੱਗ ਗਈ ਇਹ ਤਾਂ ਹੁਣ ਸਾਡੇ ਗਲਾਂ ਨੂੰ ਆਪੇ ਜੇ ਇਹਨਾਂ ਨੂੰ ਹੁਣੇ ਨਾ ਕੁਚਲਿਆ ਗਿਆ ਇਹ ਸਾਨੂੰ ਕੁਚਲ ਦੇਣਗੇ ਸਰਦਾਰ ਦੇ ਗੁੱਸੇ ਨਾਲ ਲਾਲ ਹੋਏ ਮੁੰਡੇ ਨੇ ਆਪਣੇ ਪਿਓ ਨਾਲ ਗੱਲ ਤੋਰੀ ਸਮਾਂ ਬਹੁਤ ਬਦਲ ਗਿਆ ਇਹਨਾਂ ਦੇ ਸਿਰ ਅਗਲੇ ਨਹੀਂ ਰਹੇ ਹੁਣ ਭਲਾ ਤੂੰ ਕੀ ਕਰੇਂਗਾ ਅਸੀਂ ਉਹਨਾਂ ਨੂੰ ਭੁੱਖੇ ਮਾਰ ਦੇਾਂਗੇ ਮਜ਼ਦੂਰਾਂ ਦਾ ਘਟ ਹੈ ਆਥੋਂ ਨੂੰ ਮੈਂ ਡਰਾਂ ਦੀਆਂ ਡਾਰਾਂ ਲਿਆ ਕਿੱਥੋਂ ਸ਼ਹਿਰੋਂ ਭੋਕੇ ਸਸਤੇ ਆ ਜਾਣਗੇ ਨਾ ਮੈਂ ਆਪਣੇ ਸਹੁਰਿਆਂ ਤੋਂ ਲਿਉਂ ਭਾਵੇਂ ਮਹਿੰਗੇ ਮਿਲ ਇਹ ਕੋੜ ਸਭ ਕਿਤੇ ਫੈਲਿਆ ਹੋਇਆ ਹੈ ਨਾ ਉੱਥੋਂ ਕੋਈ ਤੇਰੇ ਨਾਲ ਆਉਣਾ ਨਾ ਇਸ ਤੋਂ ਸਸਤਾ ਤਾਂ ਸੋਡਾ ਖਿਆਲ ਹੈ ਅਸੀਂ ਝੁਕ ਜਾਈਏ ਹਰ ਵਾਰੀ ਝੁਕ ਜਾਇਆ ਕਰੀ ਮੇਰਾ ਤਾਂ ਇਹੀ ਖਿਆਲ ਹੈ ਨਹੀਂ ਮਾਸਟਰ ਨੂੰ ਦੇ ਦੇ 150 ਚੁੱਪ ਕਰਾ ਦੇ ਉਹ ਇਹੋ ਨਹੀਂ ਮੰਨਨ ਵਾਲਾ ਮੈਂ ਉਹਦੀ ਜੜ ਵੱਢ ਕੇ ਛੱਡੂ ਜੇ 50 ਕੋਰ ਨਾ ਸਿੱਟਿਆ ਕੀ ਸਮਝੂ ਇਹ ਬਾਅਦ ਦੀਆਂ ਗੱਲਾਂ ਨੇ ਹੁਣ ਦੀ ਸੋਚ ਪਹਿਲਾਂ ਮੀਂਹ ਕਣੀ ਦਾ ਅਵਸਾਰ ਨਹੀਂ ਖੜੀ ਫਸਲ ਕਿਤੇ ਭੰਗ ਦੇ ਪਹਾੜੇ ਨਾ ਰੁੜ ਜੇ ਕਈ ਦਿਨ ਪਿਓ ਪੁੱਤਾਂ 'ਚ ਬਹਿਸ ਹੁੰਦੀ ਰਹੀ ਕਈ ਦਿਨ ਉਹ ਟਰਾਲੀਆਂ ਲਈ ਆਲੇ ਦੁਆਲੇ ਦੇ ਪਿੰਡਾਂ 'ਚ ਘੁੰਮਦੇ ਰਹੇ ਪਰ ਕਿਧਰੇ ਉਹਨਾਂ ਨੂੰ ਇੱਕ ਵੀ ਨਾ ਮਿਲਿਆ ਚੁੱਪਾ ਕਰਕੇ ਬੈਠ ਜਾ ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਚੰਗਾ ਇਹ ਸੇ ਵਿੱਚ ਹੈ ਵੀ ਕਿਸੇ ਨਾ ਨੁਕਰ ਦੇ ਮੰਨ ਲਈ ਰੋਲੇ ਗੋਲੇ ਦਾ ਫਾਇਦਾ ਕੋਈ ਨਹੀਂ ਲੱਗਦਾ ਜਿਵੇਂ ਸੋਡੀ ਮਰਜੀ ਪਰ ਇਹ ਖਿਆਲ ਰੱਖਿਓ ਇਹ ਉਹਨਾਂ ਦੀ ਬਗਾਵਤ ਦੀ ਨਹੀਂ ਬਣ ਜਾਊ ਹਰ ਵਾਰ ਉਹ ਆੜ-ਜੜਾਈ ਕਰਨ ਕਰਨ ਲੱਗਣਗੇ ਉਹ ਦੇਖੀ ਜਾਊ ਜਿਵੇਂ ਬਣੂ ਇਹਦਾ ਹੋਰ ਜਦੋਂ ਕੋਈ ਇਲਾਜ ਹੀ ਨਹੀਂ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਉਹਨਾਂ ਦੀਆਂ ਦਿਹਾੜੀਆਂ ਵੱਧ ਗਈਆਂ ਕਈ ਦਿਨ ਲੋਕ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਫਿਰਦੇ ਰਹੇ ਉਹਨਾਂ ਲਈ ਇਹ ਰੱਬ ਬਣ ਗਿਆ ਸੀ ਸਰਦਾਰਾਂ ਨੂੰ ਹਰਾਉਣਾ ਹੋਰ ਕੋਈ ਖੇਡ ਨਹੀਂ ਸੀ ਅੰਗ ਸਾਲੀ ਮਹੀਨਾ ਭਰ ਲੋਕ ਕੜੇ ਰਹੇ ਸਰਦਾਰ ਹਰ ਰੋਜ਼ ਚੱਕਰ ਘਟਦਾ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਕਈਆਂ ਨੂੰ ਲਾਲਚ ਦੀਆਂ ਬੁਰਕੀਆਂ ਵੀ ਸੁੱਟਦਾ ਪਰ ਇੱਕ ਵੀ ਮੁਜਾਰੇ ਨੂੰ ਉਹ ਪੁਰਾਣੇ ਭਾਵਾਂ ਤੇ ਵਾਉਣ ਤੋਂ ਤਿਆਰ ਨਾ ਕਰ ਸਕਿਆ ਮਹੀਨਾ ਭਰ ਪਿੰਡ 'ਚ ਜ਼ੋਰਾਂ ਤੇ ਗਸ਼ਤ ਹੁੰਦੀ ਰਹੀ ਸਰਦਾਰ ਦੇ ਗੁੰਡੇ ਸ਼ਰਾਬਾਂ ਪੀ ਕੇ ਗਲੀਆਂ 'ਚ ਗਾਲ੍ਹਾਂ ਕੱਢਦੇ ਰਹੇ ਪਰ ਕਿਸੇ ਦੇ ਵੀ ਕੰਨ ਤੇ ਜੂਨ ਨਾ ਸਰਕੇ ਉਮਰਾਂ ਤੋਂ ਤੀਜੇ ਹਿੱਸੇ ਤੇ ਜ਼ਮੀਨਾਂ ਵਾਹ-ਵਾਹ ਉੱਕ ਗਏ ਸੀ। ਭਾਅ ਅਸਮਾਨ ਤੇ ਚੜ ਗਏ ਸੀ, ਲੋਕ ਚੰਦ ਤੇ ਅੱਪੜ ਗਏ। ਪਰ ਇੱਥੇ ਭੋਰਾ ਵੀ ਫਰਕ ਨਹੀਂ ਸੀ ਪਿਆ। ਇਸੇ ਸਾਲ ਘੱਟੋ-ਘੱਟ ਅੱਧ ਤੇ ਜ਼ਮੀਨ ਵਾਉਣ ਦਾ ਉਹਨਾਂ ਫੈਸਲਾ ਕੀਤਾ ਸੀ। ਪੁਲਿਸ ਭਾਵੇਂ ਸਾਰਾ ਦਿਨ ਪਿੰਡ 'ਚ ਘੁੰਮਦੀ ਰਹਿੰਦੀ ਪਰ ਮੁਜਾਰਿਆਂ ਘਰ ਤਿਆਰ ਪਈਆਂ ਡਾਂਗਾਂ ਦੀ ਖਬਰ ਕਿਸੇ ਪੁਲਸੀਏ ਦਾ ਹੌਸਲਾ ਨਹੀਂ ਸੀ ਪੈਣ ਦਿੰਦੀ। ਉਹ ਕਿਸੇ ਮੁਜਾਰੇ ਵੱਲ ਬੁਰੀ ਨਜ਼ਰ ਨਾਲ ਤੱਕ ਜਾਏ, ਉਹਨਾਂ ਦੇ ਆਉਣ ਨਾਲ ਕਿਸੇ ਦੇ ਵੀ ਚਿਹਰੇ ਤੇ ਡਰ ਨਾ ਉੱਬਰਦਾ। ਨਹੀਂ ਉਹਨਾਂ ਦੀ ਕੋਈ ਇੱਜ਼ਤ ਹੁੰਦੀ ਜਿਸ ਤਰ੍ਹਾਂ ਦੇ ਭੁੱਖੇ ਧਹਾਏ ਆਉਂਦੇ ਮੜ ਜਾਂਦੇ ਨਿਤ ਦੀ ਅਸਫਲਤਾ ਕਾਰਨ ਸਰਦਾਰ ਦੇ ਮੁੰਡੇ ਕੁਝ ਜ਼ਿਆਦਾ ਹੀ ਖਿੱਚ ਗਏ ਇਸ ਮਸਲੇ ਨੂੰ ਨਜਿੱਠਣ ਦਾ ਉਹਨਾਂ ਕੋਲ ਇੱਕੋ ਰਾਹ ਸੀ ਲੜਾਈ ਝਗੜੇ ਤੇ ਖੂਨ ਖਰਾਬੇ ਪਰ ਸਰਦਾਰ ਦੀ ਹੋਰ ਰਾਏ ਸੀ ਤੁਸੀਂ ਪੁਲਿਸ ਵਾਲਿਆਂ ਦੇ ਸਿਰ ਤੇ ਫੜਾ ਨਾ ਮਾਰਿਆ ਕਰੋ ਇਹ ਕਿਸੇ ਦੀ ਮਿੱਤ ਨਹੀਂ ਹੁੰਦੇ ਜਿੱਧਰੋਂ ਬੁਰਕੀ ਪਵੇ ਉਧਰੋਂ ਭੌਂਕਣਗੇ ਮੇਰਾ ਸਾਰੀ ਉਮਰ ਦਾ ਇਹਨਾਂ ਨਾਲ ਵਾਹ ਹੈ ਫਿਰ ਸਭ ਕੁਝ ਇਹਨਾਂ ਨੂੰ ਦੇ ਦिए ਇਹ ਮੈਂ ਕਦੋਂ ਆਖਦਾ ਮੈਂ ਦੱਸਣਾ ਤੁਹਾਨੂੰ ਚੁੱਪ ਕਰਕੇ ਬੈਠ ਜਾਓ ਇਹਨਾਂ ਪੁਲਿਸੀਆਂ ਨੂੰ ਭੇਜੋ ਕਰੇ ਪਹਾੜ ਜਿੱਡਾ ਖਰਚ ਹੈ ਜ਼ਮੀਨ ਨੂੰ ਵਿਹਲੀ ਪਈ ਰਹਿਣ ਦੇ ਇੱਕ ਸਾਲ ਫਸਲ ਨਹੀਂ ਆਊ ਆਪਣੇ ਕਿਦਰੇ ਤੰਗ ਨਹੀਂ ਟੁੱਟਦੀ ਪਰ ਇਹਨਾਂ ਭੁਖੜਾਂ ਦਾ ਇੱਕ ਸਾਲ ਕੱਟਣ ਦਾ ਦਮ ਨਹੀਂ ਜੇ ਨਾਂ ਨੱਕ ਰਗੜਦੇ ਫਿਰਨ ਮੈਨੂੰ ਆਖਦੀ ਜਿਵੇਂ ਉਹਨਾਂ ਦੇ ਇਸ ਫੈਸਲੇ ਦੀ ਖਬਰ ਪਿੰਡ ਅਪੜੀ ਲੋਕਾਂ ਦੇ ਪਹਾੜ ਹੌਸਲੇ ਮਿੰਟਾਂ ਚ ਢੇਰ ਹੋ ਗਏ ਇਹੋ ਜੀ ਚਾਲ ਲੋਕਾਂ ਦੇ ਸੁਪਨਿਆਂ ਤੱਕ ਵੀ ਨਹੀਂ ਸੀ ਸਾਰੇ ਪਿੰਡ ਹਲਚਲ ਮਚ ਗਈ ਮਹੀਨੇ ਭਰ ਦਾ ਸੰਘਰਸ਼ ਆਖਰੀ ਸਾਹਾਂ ਤੇ ਆ ਗਿਆ ਸੋਚਾਂ ਚ ਡੁੱਬੇ ਲੋਕ ਇਕੱਠੇ ਹੋ ਕੇ ਕੁਸਰਮਸਰ ਕਰਦੇ ਸੱਚੀ ਗੱਲ ਹੈ ਸਰਦਾਰ ਦਾ ਕੀ ਵਿਗੜਦਾ ਇੱਕ ਸਾਲ ਜ਼ਮੀਨ ਨਾਂ ਵੀ ਬੀਜੀ ਤਾਂ ਕਿ ਟੰਗ ਟੁੱਟ ਜੂ ਬਥੇਰਾ ਪੈਸਾ ਕੋਲ ਸੁੱਖਾ ਨਾਲ ਨਾਲ ਇਹਨਾਂ ਵੱਡੇ ਲੀਡਰਾਂ ਦਾ ਬੋਲ ਕੀ ਹੈ ਮਾਸਟਰ ਨੌਕਰ ਹੈ ਮੀ ਜਾਏ ਹਨੇਰੀ ਜਾਏ ਇਹਦੇ ਨੋਟ ਖਰੇ ਹੈ ਜੈਲਾ ਚੌਧਰੀ ਦੇ ਹੈ ਇਹਨੂੰ ਕੀ ਫਿਕਰ ਹੈ ਚੌਧਰੀ ਇਹਦੇ ਇਸ਼ਾਰਿਆਂ ਤੇ ਨੱਚਦਾ ਹੈ ਬਾਕੀ ਆ ਪਾੜਿਆ ਜਿਆਨ ਨੂੰ ਕੀ ਫਿਕਰ ਆਪਾਂ ਨੂੰ ਆਪਣੀ ਵਿਚਾਰਨੀ ਚਾਹੀਦੀ ਹੈ ਹਾਲੇ ਤਾਂ ਕੁਝ ਨਹੀਂ ਵਿਗੜਿਆ ਚੁੱਪ ਕਰਕੇ ਸਰਦਾਰ ਦੇ ਪੈਰ ਫੜ ਲਓ ਨਾਲੇ ਅੱਗੇ ਨੂੰ ਲਾਓ ਕੰਨਾਂ ਨੂੰ ਹੱਥ ਜੇ 4 ਦਿਨ ਹੋਰ ਲੰਘ ਗਏ ਕੁਝ ਵੀ ਜਿਆ ਵੀ ਨਹੀਂ ਜਾਣਾ ਨਾਲੇ ਲੀਡਰਾਂ ਦੇ ਟਿਕਾਓ ਚਾਰ-ਚਾਰ ਮੋੜ ਤਾਂ ਨਹੀਂ ਪੁੱਠੇ ਰਾ ਪਉਣਗੇ ਇਹਨਾਂ ਨੰਗਾ ਦਾ ਕੀ ਆਪਾਂ ਨੂੰ ਸਰਦਾਰ ਦਾ ਹੀ ਆਸਰ ਹੈ ਜਿਹੜੀ ਜਾਇਜ਼ ਗੱਲ ਸੀ ਅਗਲੇ ਨੇ ਆਪੇ ਮੰਨ ਲਈ ਇੱਕ ਵਾਰੀ ਨਹੀਂ ਮੱਥੇ ਵੱਟ ਪਾਇਆ ਛੱਟ ਦਿਹਾੜੀ ਵਧਾਤੀ ਇਹ ਤਾਂ ਉਂਗਲ ਫੜ ਕੇ ਪਹੁੰਚੇ ਨੂੰ ਪੈ ਗਏ ਹੁਣ ਅਸੀਂ ਤੀਜੇ ਹਿੱਸੇ ਤੇ ਗਾਉਣੇ ਆਂ ਅਗਲਾ ਅੱਧ ਤੇ ਕਿਵੇਂ ਮੰਨ ਜੇ ਉਹੀ ਆਖਦੇ ਨੇ ਜਮੀਨਾਂ ਸਾਡੇ ਨਾ ਹੀ ਕਰ ਦੇ ਅਗਲੇ ਦੇ ਘਰੇ ਦਾਣੇ ਨੇ ਜਿਵੇਂ ਮਰਜ਼ੀ ਕਰੇ ਅਸੀਂ ਕਿਵੇਂ ਰੋਕਾਂਗੇ ਇੱਕ ਦਿਨ ਇਕੱਠੇ ਹੋ ਕੇ ਚਲੋ ਕਰ ਲੋ ਮਿਹਨਤ ਕੀ ਘਟਦਾ ਹੈ ਇਹਨਾਂ ਪਿੱਛੇ ਲੱਗ ਕੇ ਆਪਣੇ ਪੇਟ 'ਚ ਆਪ ਨਾ ਲੱਤ ਮਾਰੋ ਲੋਕਾਂ ਦੀ ਕੋ ਸਰਮੁਸਰ ਜਦੋਂ ਆਗੂਆਂ ਤਾਂ ਕੱਪੜੇ ਦੀ ਓਕ ਭਰਾਏ ਕਈ ਕਈ ਬੈਠਕਾਂ ਕਰਦੇ ਕਦੇ ਕਿਸੇ ਕੋਲ ਦੌੜਦੇ ਕਦੇ ਕਿਸੇ ਕੋਲ ਜਿਵੇਂ ਕਿਵੇਂ ਹੋਵੇ ਉਹ ਸਮਝੌਤਾ ਕਰਨ ਲਈ ਤਿਆਰ ਸੀ ਪਰ ਸਰਦਾਰ ਇੱਕ ਵੀ ਮੰਗ ਪੂਰੀ ਕਰਨ ਨੂੰ ਤਿਆਰ ਨਹੀਂ ਸੀ ਸਰਦਾਰ ਦੇ ਫੈਸਲੇ ਨੇ ਲੋਕਾਂ ਤੋਂ ਉਹਨਾਂ ਦਾ ਅਗਲਾ ਰਸੂਖ ਖੋਦ ਦਿੱਤਾ। ਭੁੱਖੋਂ ਡਰਦੇ ਲੋਕ ਉਹਨਾਂ ਨਾਲ ਹੰਗਾਰਾ ਭਰਨ ਤੋਂ ਝਿਜਕਣ ਲੱਗੇ। ਇਕੜ ਦੁਗੜ ਲੋਕ ਤਾਂ ਸਰਦਾਰ ਕੋਲ ਅੱਪੜ ਵੀ ਗਏ। ਵੱਧ ਰਹੀ ਖੇਚੋ ਤਾਨਕਾਰਨ ਮਾਸਟਰ ਨੇ ਸਕੂਲਾਂੋਂ ਛੁੱਟੀ ਲੈ ਲਈ। ਫਿਰ ਵੀ ਲੋਕਾਂ ਨੂੰ ਰੋਕਣ ਲਈ ਕੁਝ ਕਰਨ 'ਚ ਸਫਲ ਹੁੰਦੇ ਜਾ ਰਹੇ ਸੀ। ਜਸਬੀਰ ਜਿਹੜਾ ਕਈ ਕਤਲ ਕੇਸਾਂ ਤੋਂ ਛੁਣ ਕਰਕੇ ਅੰਡਰਗਰਾਊਂਡ ਸੀ, ਕਈ ਚੱਕਰ ਮਾਰ ਗਿਆ ਸੀ। ਜੋਸ਼ ਨਾਲ ਭਰਿਆ ਉਹਨਾਂ ਦੇ ਹਰ ਵਾਰ ਵਰਦਾ ਉਹ ਸਾਨੂੰ ਲੱਖ ਹਰ ਸਮਝਾਇਆ। ਇਹਨਾਂ ਸ਼ਾਂਤੀਵਾਦੀ ਪੁਲਿਸੀਆਂ ਨਾਲ ਕੁਝ ਨਹੀਂ ਜੇ ਬਣਦਾ ਇੱਕ ਅੱਧ ਦੇ ਗੋਲੀ ਮਾਰੀ ਹੁੰਦੀ ਹੁਣ ਦੇ ਕਦੋਂ ਦੇ ਜ਼ਮੀਨਾਂ ਛੱਡ ਕੇ ਭੱਜ ਗਏ ਹੁੰਦੇ ਉਦੋਂ ਮੈਨੂੰ ਕੁਝ ਨਹੀਂ ਕਰਨ ਦਿੱਤਾ ਹੁਣ ਦੇਖਾਂਗੇ ਜਦੋਂ ਤੁਹਾਨੂੰ ਸੁੱਤਿਆਂ ਫਿਰ ਉਹਨਾਂ ਜ਼ਮੀਨਾਂ ਦੇ ਦੇ ਦੇਣਗੇ ਹਾਲੇ ਕੁਝ ਨਹੀਂ ਵਿਗੜਿਆ ਜਿਹੜੇ ਇੱਕ ਦੋ ਘਰ ਸਰਦਾਰ ਨਾਲ ਜੁੜੇ ਨੇ ਉਹਨਾਂ ਨੂੰ ਵੀ ਸਮਝ ਲਾਂਗੇ ਇੱਕ ਨੋਟਿਸ ਦੇ ਦਿੰਨੇ ਆ ਜਿਵੇਂ ਹੋਊ ਦੇਖੀ ਜਾ ਨੋਟਿਸ ਨਾਲ ਸਾਰੇ ਫਸ ਸਕਦੇ ਆ ਪਿੱਛੇ ਚੌਪਟ ਹੋ ਜੂ ਅਸਫਲਤਾ ਨਾਲੋਂ ਤਾਂ ਮਰ ਬੈਂਟਣਾ ਚੰਗਾ ਘਟੋ ਘਟ ਲੋਕਾਂ ਚ ਸੈਲਤਾ ਕਾਇਮ ਰਹੂ ਮੁਰ ਅਸੀਂ ਜਥੇਬੰਦੀ ਲਈ ਕੰਮ ਕਰਨ ਯੋਗਤਾ ਰਹਿ ਜਾਗੇ ਹੁਣ ਤੱਕ ਉਹ ਜਸਵੀਰ ਦੀ ਰਾਏ ਠੁਕਰਾਂਦੇ ਆਏ ਸਨ ਪਰ ਦਿਨੋਂ ਦਿਨ ਵੱਧਦੀ ਫੁੱਟ ਨੇ ਜਦੋਂ ਮਜਬੂਰ ਕਰ ਦਿੱਤਾ ਉਹ ਮੰਨ ਗਏ ਅਸਫਲਤਾ ਨਾਲੋਂ ਤਾਂ ਇਹ ਸਭ ਕੁਝ ਚੰਗਾ ਸੀ ਧੰਨ